ਕਰਤਾਰ ਸਿੰਘ ਪੁੱਤਰ ਮੰਗਲ ਸਿੰਘ ਜੱਟ ਪਿੰਡ ਸਰਾਬਾ ਉਸੇ ਹੀ ਪਰਿਵਾਰ ਚ ਸੰਬੰਧ ਰੱਖਦੇ ਨੇ ਜਿਹੜੇ ਪਰਿਵਾਰ ਚੋਂ ਸ਼ਹੀਦ ਕਰਤਾਰ ਸਿੰਘ ਸਰਾਬਾ ਹੋਏ ਨੇ ਕਿਉਂਕਿ ਮੇਰਾ ਪਿੰਡ ਸਰਾਬਾ ਜੀ ਕਰਤਾਰ ਸਿੰਘ ਸਰਾਬੇ ਵਾਲਾ ਜਿੱਥੇ ਕਰਤਾਰ ਸਿੰਘ ਸਰਾਬਾ ਜੰਮਿਆ ਪਲਿਆ ਜਿੱਥੇ ਜਿੱਥੇ ਕਰਤਾਰ ਸਿੰਘ ਸਰਾਬਾ ਗਿਆ ਉੱਥੇ-ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕੀ-ਕੀ ਹੋਇਆ ਲੋਕਲ ਜਿੰਨੇ ਰੈ residencies ਨਾਲ ਗੱਲਬਾਤ ਕਰੀ ਸਮੇਂ ਦੀ ਗੱਲ ਕਰਾਂਗੇ ਜੀ ਸਮਾਂ ਸਾਨੂੰ ਅਬਾਊਟ 5 ਸਾਲ ਲੱਗਦੇ ਦੀ ਮੂਵੀ ਸਰਾਬਾ ਆਇਆ ਸੀ 1912 ਚ ਕੈਲੀਫੋਰਨੀਆ ਐਰੋਨੈਟਿਕਲ ਇੰਜੀਨੀਅਰਿੰਗ ਕਰਨ ਜੀ ਵਰਕਲਿਜ ਯੂਨੀਵਰਸਿਟੀ ਦੇ ਵਿੱਚ ਤੇ ਉਹਨਾਂ ਨੂੰ ਵੀ ਸਾਰੇ ਉਹ ਪਤਾ ਸੀ ਕਬੀ ਰਾਜ ਜੀ ਸੁਣਦੇ ਰਹਿੰਦੇ ਸੀ ਉਹ ਕਹਾਣੀਆਂ ਸਰਾਬੇ ਬਾਰੇ ਗਦਰੀ ਬਾਪਿਆਂ ਬਾਰੇ ਨਾਲ ਦੀ ਨਾਲ ਵੀ ਜੀ ਅਸੀਂ ਬੱਸਾਂ ਰੈਪ ਤਰਾਈਆਂ ਜੀ ਸਪੈਸ਼ਲੀ ਆਪਣੇ ਕੈਨੇਡਾ ਦੇ ਵਿੱਚ ਜੀ ਪ੍ਰਾਈਮ ਸਿਟਿੰਗਾਂ ਦੇ ਵਿੱਚ ਵੈਨਕੂਵਰ ਹੋ ਗਿਆ ਟੋਰਾਂਟੋ ਕੈਲਗਰੀ ਵੈਂਟਨ ਪਲੱਸ ਇੰਗਲੈਂਡ ਦੇ ਵਿੱਚ ਬੱਸਾਂ ਰੈਪ ਕਰਾਈਆਂ ਜੀ ਅਮਰੀਕਾ 'ਚ ਕਰਾਈਆਂ ਤੇ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ਼ ਦੇ ਨਾਲ ਕੰਟਰੈਕਟ ਕਰਿਆ ਉੱਥੇ ਬੱਸਾਂ ਰੈਪ ਕਰਾਈਆਂ ਜੀ ਸੋ ਮੇਰਾ ਇਹ ਸੁਪਨਾ ਗੋਲ ਸਿਰਫ ਸਰਪਾ ਮੂਵੀ ਦਾ ਹੀ ਸੀਗਾ ਜੀ ਵੀ ਕਰਤਾਰ ਸਿੰਘ ਸਰਪਾ ਦੀ ਮੂਵੀ ਆਵੇ ਕਰਤਾਰ ਸਿੰਘ ਸਰਪਾ ਦੀ ਮੂਵੀ ਦੇਖ ਕੇ ਪਤਾ ਲੱਗੇਗਾ ਜ਼ਰੂਰ ਵੀ ਜੇ 19 ਸਾਲ ਦਾ ਕਰਤਾਰ ਸਿੰਘ ਸਰਪਾ ਅਮਰੀਕਾ ਛੱਡ ਕੇ ਜੀ ਪੰਜਾਬ ਜਾ ਕੇ ਦੇਸ਼ ਲਈ ਹਾਂਸੀ ਜੜ ਸਕਦਾ ਤੇ ਸਾਡੇ ਬੱਚੇ 19 ਸਾਲ ਦੇ ਕਰਤਾਰ ਸਿੰਘ ਸਰਪਾ ਨੂੰ ਦੇਖ ਕੇ ਇੱਕ ਚੰਗੇ ਇਨਸਾਨ ਤਾਂ ਬਣ ਸਕਦੇ ਆ ਜੀ ਡਬਲ ਮੀਨਿੰਗ ਕਮੇਡੀ ਦੀ ਪਰਮਾਰ ਹੋਵੇ ਤਾਂ ਉਹ ਕਈ ਕਰੋੜਾ ਕਮਾ ਜਾਂਦੀ ਹੈ ਬਿਲਕੁਲ ਜੀ ਤੇ ਜਿਹੜੀ ਕੋਈ ਫਿਲਮ ਇਹਨੂੰ ਤਾਂ ਅਸੀਂ ਕਮਰਸ਼ੀਅਲ ਮੰਨਦੇ ਹੀ ਨਹੀਂ ਵੀ ਇਹ ਕਮਰਸ਼ੀਅਲ ਨਹੀਂ ਜੀ ਕੋਈ ਕਮਰਸ਼ੀਅਲ ਪਰ ਜੇ ਤੁਸੀਂ 10 ਮੂਵੀਆਂ ਬਣਾਉਨੇ ਹੋ ਸਾਲ 'ਚ ਜੇ ਤੁਸੀਂ ਦੋ ਮੂਵੀਆਂ ਇਤਿਹਾਸ ਨਾਲ ਬਣਾ ਲੋਗੇ ਤਾਂ ਆਪਣੇ ਇਤਿਹਾਸ ਵੀ ਆਪਣਾ ਉਹਨਾਂ ਜਿੰਨਾ ਕਵੀ ਰਾਜ ਉਹਨਾਂ ਨੇ ਫਿਲਮ ਬਣਾਈਆਂ ਕਿੰਨੇ ਤਸੱਲੀਆ ਵੀ ਫਿਲਮ ਸਹੀ ਬਣੀਆਂ ਤੇ ਪੂਰੇ ਤੱਥ ਜਿਹੜੇ ਸਹੀ ਨੇ ਦੇਖੋ ਜੀ 100% ਫਿਲਮ ਸਹੀ ਬਣੀ ਆ ਜੀ ਸਾਰੇ ਤੱਥ ਸਹੀ ਰੱਖੇ ਗਏ ਆ ਜੀ ਤੁਸੀਂ ਯਕੀਨ ਕਰਿਓ ਵੀ ਇਹ ਸਰਾਪਾ ਮੂਵੀ ਐਸੀ ਜੀ ਆ ਜੀ ਇਹਦੇ ਵਿੱਚ ਕਮਰਸ਼ੀਅਲ ਐਡ ਕਰਨ ਦੀ ਕੋਈ ਲੋੜ ਹੀ ਨਹੀਂ ਪਈ। ਉਹ ਕਈ ਵਾਰ ਉਹ ਫੇਰ ਕਹਿੰਦੇ ਆ ਕਹਿੰਦੇ ਜੀ ਫਿਲਮ ਦੀ ਲੋੜ ਸੀ ਅਸੀਂ ਕੋਈ ਵਿੱਚ ਰੋਮਾਂਸ ਐਡ ਕਰਤਾ ਜਾਂ ਹੋਰ ਚੀਜ਼ ਐਡ ਕਰਤੀ ਇਹ ਚ ਕੁਛ ਏਦਾਂ ਦਾ ਨਹੀਂ ਕਿ ਵੀ 100% ਹਿਸਟਰੀ ਹੈ। 100% ਹਿਸਟਰੀ ਆ ਜੀ ਫਿਲਮ ਦੇ ਵਿੱਚ ਰੋਮਾਂਸ ਨਾਲ ਭਰੀ ਹੋਈ ਆ ਜੀ ਮੂਵੀ। ਮਸਾਲਾ ਤੇ ਤਾਪ ਪਾਇਆ ਜਾਂਦਾ ਨਾ ਜੇ ਆਪਾਂ ਨੂੰ ਲੱਗੇ ਵੀ ਆਪਣੀਆਂ ਕਹਾਣੀ ਆ ਯਾਰ ਸਟਰੋਂਗ ਕਰੀਏ ਆ ਪਾ ਦੀਓ ਪਾ ਦੀਓ। ਉਹ ਤਾਂ ਆਪ ਹੀ ਬਹੁਤ ਚੀਜ਼ਾਂ ਦੇ ਦੇ ਦੀ ਆਪਾਂ। ਜੀ। ਉਡਣਾ ਸੱਪ ਜਿਵੇਂ ਕਹਿੰਦੇ ਸੀ ਉਡਣਾ ਸੱਪ ਕਹਿੰਦੇ ਸੀ ਉਹਨਾਂ ਨੂੰ ਤੇਜ਼ ਤੇਜ਼ ਬਹੁਤ ਸੀ ਬਿਲਕੁਲ ਜੀ ਫਿਰ 19 ਸਾਲ ਦੀ ਉਮਰ ਦੇ ਵਿੱਚ ਉਹਨੇ ਪਾਇਲਟ ਦਾ ਲਾਇਸੈਂਸ ਲਿਆ ਉਹਨੇ ਇਹ ਵੀ ਸਿੱਖਿਆ ਵੀ ਜਹਾਜ਼ ਉਡਾਉਣਾ ਕਿਵੇਂ ਹੈ ਤੇ ਜਹਾਜ਼ ਬਣਾਉਣਾ ਕਿਵੇਂ ਹੈ ਤੇ ਹੋਰ ਵੀ ਜੋ ਕੁਝ ਕਰਿਆ ਉਡਣਾ ਸੱਪ ਕਹਿੰਦੇ ਸੀ ਬਹੁਤ ਫਰਤੀਲਾ ਸੀ ਬਿਲਕੁਲ ਬਜ਼ੁਰਗ ਕਿਹੋ ਜਿਹਾ ਗੱਲਾਂ ਦੱਸਦੇ ਹੁੰਦੇ ਸਤਾਂ ਮਾਰ ਜਿਹੜੇ ਤੋਂ ਅੱਖੀ ਦੇਖਿਆ ਉਹਨਾਂ ਉਹਨਾਂ ਦੀ ਬਿਲਕੁਲ ਜੀ 114 ਏਕੜ ਜ਼ਮੀਨ ਸੀਗੀ ਜੀ ਬਹੁਤ ਹੀ ਰਿਚ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਕਰਤਾਰ ਸਿੰਘ ਸਰਾਬਾ ਜੀ ਤੇ ਕੱਲਾ ਕੱਲਾ ਭਰਾ ਸੀਗਾ ਜੀ ਤੇਰੀ ਉਮਰ ਘਟਿਆ ਤੇਰੀ ਮਾਫ ਸਜ਼ਾ ਮਾਫ ਹੋ ਸਕਦੀ ਆ ਪਰ ਉਹਨਾਂ ਨੇ ਕਿਹਾ ਕਿ ਜੇ ਬਾਬਾ ਸੋਹਣ ਸਿੰਘ ਭਕਣਾ ਨੇ ਜੀ ਗਦਰ ਲਹਿਰ ਚਲਾਈ ਆ ਉਸਾਂ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਸਰਬਾ ਲਹਿਰ ਚਲਾਉਣ ਦੀ ਜਿਹੜੇ ਕਿਤਾਬਾਂ ਪੜਨ ਤੋਂ ਬਚਦੇ ਆ ਜਾਂ ਤੁਹਾਡੇ ਬੱਚੇ ਕਿਤਾਬਾਂ ਨਹੀਂ ਪੜ੍ਹਦੇ ਤਾਂ ਇਹ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਮੌਕਾ ਹੈਗਾ ਉਹਨਾਂ ਨੂੰ ਇਤਿਹਾਸ ਤੋਂ ਜਾਣੂ ਕਰਾਉਣ ਦਾ ਮੈਨੂੰ ਕਿਸੇ ਪਾਸੇ ਤੋਂ ਸਾਥੇ ਖੁਦ ਇੰਨੀ ਬਾਧ ਰਹੀ ਹੈ ਵੀਨਨ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦੇ ਇੱਕ ਵਾਰ ਫਿਰ ਸਵਾਗਤ ਹੈ ਅੱਜ ਬਹੁਤ ਹੀ ਖਾਸ ਗੱਲਬਾਤ ਜਿਹੜੀ ਉਹ ਕਰਨ ਜਾ ਰਹੇ ਹਾਂ ਕਿਉਂਕਿ ਅਕਸਰ ਗੱਲ ਚੱਲਦੀ ਆ ਸਾਡੇ ਇਤਿਹਾਸ ਦੀ ਤਾਂ ਸਾਡੇ ਸ਼ਹੀਦਾਂ ਦੀ ਗੱਲ ਆਉਂਦੀ ਆ ਉਹ ਚੋ ਦੋ ਨਾਂ ਬਹੁਤ ਪ੍ਰਮੁੱਖ ਤੌਰ ਤੇ ਸਾਡੇ ਸਾਹਮਣੇ ਆਉਂਦੇ ਇੱਕ ਸ਼ਹੀਦ ਭਗਤ ਸਿੰਘ ਤੇ ਇੱਕ ਉਹਨਾਂ ਦੇ ਹੀਰੋ ਕਰਤਾਰ ਸਿੰਘ ਸਰਾਭਾ ਸੋ ਸ਼ਹੀਦ ਭਗਤ ਸਿੰਘ ਹੁਣ ਬਾਰੇ ਬਹੁਤ ਸਾਰੀ ਚਰਚਾ ਹੋਈ ਆ ਬਹੁਤ ਸਾਰੀਆਂ ਫਿਲਮਾਂ ਉਹਨਾਂ ਤੇ ਬਣੀਆਂ ਪਰ ਕਦੇ ਨਾ ਕਦੇ ਕਈ ਵਾਰ ਦੇਖੇਗਾ ਕਿ ਕਰਤਾਰ ਸਿੰਘ ਸਰਾਭਾ ਉਹਨਾਂ ਦਾ ਨਾਮ ਕਈ ਵਾਰ ਪਿੱਛੇ ਰਹਿ ਜਾਂਦਾ ਪਰ ਹੁਣ ਇੱਕ ਬਹੁਤ ਵੱਡਾ ਉਦਮ ਕੀਤਾ ਗਿਆ ਸਾਰਿਆਂ ਨੇ ਫਿਲਮ ਦੇਖੀ ਹੋਣੀ ਆ ਤਾਂ ਬਲੈਕ ਪ੍ਰਿੰਸ ਜਿਹੜੀ ਸਿੱਖਾਂ ਦੇ ਖੀਰਲੇ ਮਹਾਰਾਜਾ ਦਲੀਪ ਸਿੰਘ ਹੁਣਾਂ ਤੇ ਬਣੀ ਹੋਈ ਸੀ ਸੋ ਉਹ ਤਾਂ ਤੇ ਜਿਹੜੇ ਡਾਇਰੈਕਟਰ ਨੇ ਕਵੀ ਰਾਜ ਉਹਨਾਂ ਨੇ ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਉਹਨਾਂ ਦੀ ਜਵਨੀ ਉੱਤੇ ਫਿਲਮ ਬਣਾਈ ਆ ਉਹਦੇ ਸਪੰਦੀ ਗੱਲਬਾਤ ਕਰਾਂਗੇ ਫਿਲਮ 3 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਆ ਸੋ ਮੇਰੇ ਨਾਲ ਅਮਰਤ ਸਰਾਭਾ ਨੇ ਜੋ ਇਸ ਫਿਲਮ ਦੇ ਪ੍ਰੋਡਿਊਸਰ ਵੀ ਨੇ ਔਰ ਖਾਸ ਕਰ ਇਹ ਵੀ ਆ ਕਿ ਇਹ ਉਸੇ ਹੀ ਪਰਿਵਾਰ ਚੋਂ ਸੰਬੰਧ ਰੱਖਦੇ ਨੇ ਜਿਹੜੇ ਪਰਿਵਾਰ ਚੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਹੋਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਉਹਨਾਂ ਦੀਆਂ ਬਹੁਤ ਭਾਵਨਾਵਾਂ ਜੁੜੀਆਂ ਨੇ ਇਸ ਫਿਲਮ ਦੇ ਨਾਲ ਜਿਵੇਂ ਕਵੀ ਰਾਜ ਜੀ ਹੋਣਾ ਨੇ ਕਿਹਾ ਸੀ ਕਿ ਇਹ ਉਹਨਾਂ ਦਾ ਸੁਪਨਾ ਸੀ ਇਹਨਾਂ ਦਾ ਵੀ ਇਹ ਸੁਪਨਾ ਸੀਗਾ ਸਭ ਤੋਂ ਪਹਿਲਾਂ ਤਾਂ ਅਮਰਤ ਬਹੁਤ-ਬਹੁਤ ਤੁਹਾਡਾ ਧੰਨਵਾਦ ਤੇ ਸਵਾਗਤ ਵੀ ਨੇ ਪੰਜਾਬੀ ਦੇ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਹਾਡੇ ਵੀ 9 ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਾਂ ਗੱਲਬਾਤ ਕਰ ਰਹੇ ਸੀ ਜੀ ਤੁਹਾਡੇ ਸੁਪਨੇਵਾਰੀ ਇਹ ਦੱਸੋ ਕਿ ਆਪਦੇ ਪਰਿਵਾਰ ਬਾਰੇ ਪਿੰਡ ਬਾਰੇ ਪਾਪਕੇ ਸ਼ਹੀਦ ਪਰਿਵਾਰ ਦੇ ਸ਼ਹੀਦਾ ਦੇ ਪਰਿਵਾਰ ਬਾਰੇ ਹਾਂਜੀ ਮੇਰਾ ਨਾਮ ਜਿੱਦਾਂ ਮੋਸਟਲੀ ਜਾਣਦੇ ਜੀ ਅਮਰ ਸਰਾਬਾ ਜੀ ਆਪਣਾ ਸਰਾਬਾ ਡਰਾਈਵਿੰਗ ਸਕੂਲ ਆ ਟਰੱਕਾਂ ਵਾਲਾ ਲਹਿੰਗਲੀ ਵਿੱਚ ਹਾਂਜੀ ਤੇ ਆਪਣੀ ਟਰਾਂਸਪੋਰਟ ਵੀ ਸਰਾਬਾ ਟਰਾਂਸਪੋਰਟ ਹੀ ਆ ਜੀ ਕਿਉਂਕਿ ਮੇਰਾ ਪਿੰਡ ਸਰਾਬਾ ਜੀ ਕਰਤਾਰ ਸਿੰਘ ਸਰਾਬੇ ਵਾਲਾ ਜੀ ਜਿੱਥੇ ਕਰਤਾਰ ਸਿੰਘ ਸਰਾਬਾ ਜੰਮਿਆ ਪਲਿਆ ਉਹ ਗਲੀਆਂ ਦੇ ਵਿੱਚ ਖੇਡੇ ਆ ਉੱਥੇ ਹੀ ਮੇਰਾ ਮੈਂ ਜੰਮਿਆ ਜੀ ਉੱਥੇ ਹੀ ਪੜ੍ਹੇ ਆ ਸਕੂਲਾਂ ਦੇ ਵਿੱਚ ਉਹੀ ਗਲੀਆਂ ਦੇ ਵਿੱਚ ਖੇਡੇ ਆ ਤੇ ਕਰਤਾਰ ਸਿੰਘ ਸਰਾਬੇ ਬਾਰੇ ਹੀ ਸੁਣਦੇ ਆਏ ਆ ਜੀ ਜਦੋਂ ਤੋਂ ਛੋਟੇ ਹੁੰਦੇ ਪੜੇ ਪ੍ਰਾਇਮਰੀ ਸਕੂਲ ਦੇ ਵਿੱਚ ਉੱਥੇ ਵੀ ਸਰਾਬੇ ਬਾਰੇ ਪੜਾਇਆ ਜਾਂਦਾ ਸੀ ਜੀ ਕਰਤਾਰ ਸਿੰਘ ਸਰਾਬੇ ਬਾਰੇ ਦੱਸਿਆ ਜਾਂਦਾ ਸੀ ਹਾਂਜੀ ਜਿਉਂ-ਜਿਉਂ ਵੱਡੇ ਹੋਏ ਜੀ ਹਾਈ ਸਕੂਲ ਦੇ ਵਿੱਚ ਪੜੇ ਫਿਰ ਸਰਾਬੇ ਦੀਆਂ ਗੱਲਾਂ ਸੁਣਨੀਆਂ ਫਿਰ ਪਿੰਡ ਦੇ ਵਿੱਚ ਚਾਚੇ ਤਾਏ ਜਿੰਨੇ ਵੀ ਨਾਲ ਆਪਣੇ ਪਿੰਡ ਵਾਲੇ ਨੇ ਕੋਈ ਵੀ ਪਿੰਡ ਦੇ ਵਿੱਚ ਇਕੱਠ ਹੁੰਦਾ ਉੱਥੇ ਸਰਾਬੇ ਬਾਰੇ ਸਾਰੇ ਦੱਸਦੇ ਸੀ ਜੀ ਤੇ ਦੂਜੀ ਗੱਲ ਜੀ ਜਦੋਂ ਕਰਤਾਰ ਸਿੰਘ ਸਰਾਬੇ ਦਾ 16 ਨਵੰਬਰ ਨੂੰ ਐਵਰੀ ਈਅਰ ਉੱਥੇ ਸਾਡੇ ਟੂਰਨਾਮੈਂਟ ਹੁੰਦਾ ਜੀ ਬਹੁਤ ਵੱਡਾ ਜੀ ਤੇ ਵਰਸ਼ੀ ਹੁੰਦੀ 16 ਨਵੰਬਰ ਨੂੰ ਕਰਤਾਰ ਸਿੰਘ ਸਰਾਬੇ ਦੀ ਤੇ ਉਦੋਂ ਵੀ ਜਿੰਨੇ ਸਿੰਗਰਜ਼ ਆਉਂਦੇ ਬੁਲਾਰੇ ਆਉਂਦੇ ਨਾਟਕ ਕਰਨ ਵਾਲੇ ਆਉਂਦੇ ਆ ਉਹ ਸਾਰੇ ਸਰਾਬੇ ਬਾਰੇ ਦੇਸ਼ ਭਗਤਾਂ ਬਾਰੇ ਯੁੱਧਾਂ ਬਾਰੇ ਦੱਸਦੇ ਜੀ ਸੋ ਹੁਣ ਤੁਸੀਂ ਦੇਖੋ ਵੀ ਜਦੋਂ ਆਪਾਂ ਉਹੀ ਚੀਜ਼ਾਂ ਰੋਜ਼ 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 ਸੁਣੀ ਜਾਂਦੇ ਆ ਤਾਂ ਤੁਹਾਡੇ ਕਿਤਨਾ ਕਿਤੇ ਜ਼ਹਿਨ 'ਚ ਰਹਿੰਦੀਆਂ ਵੀ ਆਪਾਂ ਸੁਣਦੇ ਸੀ ਹੁਣ ਕਿਉਂ ਘਟ ਗਈਆਂ ਜੀ ਹੁਣ ਜਦੋਂ ਕਿਸੇ ਨੂੰ ਅਸੀਂ ਪੁੱਛਦੇ ਸੀ ਸਰਾਬੇ ਬਾਰੇ ਅਗਲੇ ਕਹਿੰਦੇ ਸੀ ਵੀ ਯੈਸ ਕਰਤਾਰ ਸਿੰਘ ਸਰਾਬਾ ਭਗਤ ਸਿੰਘ ਉਧਮ ਸਿੰਘ ਹੈਗੇ ਆ ਫਿਰ ਉਹਨਾਂ ਨੇ ਕੀ ਕੀਤਾ ਜੀ ਕਿੱਥੇ ਕਿੱਥੇ ਗਏ ਕੀ ਕੰਮ ਕਰੇ ਦੇਸ਼ ਲਈ ਕੀ ਕਰਿਆ ਕੀ ਉਹਨਾਂ ਦੀ ਕੁਰਬਾਨੀ ਸੀ ਤਾਂ ਕਿਸੇ ਨੂੰ ਯਾਦ ਨਹੀਂ ਹੈਗੀ ਜੀ ਫਿਰ ਕਵੀ ਰਾਜ ਜੀ ਸਾਡੇ ਡਾਇਰੈਕਟਰ ਜੀ ਜਿਨ੍ਹਾਂ ਨੇ ਬਲੈਕ ਪ੍ਰਿੰਸ ਬਣਾਈ ਜੀ ਮਹਾਰਾਜਾ ਦਲੀਪ ਸਿੰਘ ਦੀ ਹਿਸਟਰੀ ਦੇ ਉੱਤੇ ਮੂਵੀ ਉਹਨਾਂ ਦਾ ਇੱਕ ਸੁਪਨਾ ਸੀ 42 ਸਾਲ ਪੁਰਾਣਾ ਤੇ ਕਰਤਾਰ ਸਿੰਘ ਸਰਾਬਾ ਦੀ ਮੂਵੀ ਬਣਾਣੀ ਹੈ ਉਹਨਾਂ ਨੇ ਜੀ ਤੇ ਮੇਰਾ ਵੀ ਕੋਈ 20 ਸਾਲ ਪੁਰਾਣਾ ਸੁਪਨਾ ਸੀ ਜੀ ਵੀ ਜਦੋਂ ਵੀ ਪ੍ਰਮਾਤਮਾ ਨੇ ਚਾਹਿਆ ਕਰਤਾਰ ਸਿੰਘ ਸਰਾਭੇ ਬਾਰੇ ਜ਼ਰੂਰ ਦੱਸਣਾ ਕਿਉਂਕਿ ਮੂਵੀ ਕੋਈ ਕਰਤਾਰ ਸਿੰਘ ਸਰਾਭਾ ਤੇ ਬਣੀ ਨਹੀਂ ਸੀ ਭਗਤ ਸਿੰਘ ਤੇ ਉਦਮ ਸਿੰਘ ਤੇ ਬਹੁਤ ਮੂਵੀਆਂ ਬਣ ਚੁੱਕੀਆਂ ਸੀ ਜੀ ਸੋ ਇਦਾਂ ਸਾਡਾ ਸਾਰੀ ਟੀਮ ਦੀ ਗੱਲਬਾਤ ਹੋਈ ਜੀ ਤੇ ਪੂਰੇ ਐਫਰਟ ਪਾਏ ਕਵੀ ਰਾਜ ਜੀ ਦਾ ਤੁਸੀਂ ਕੰਮ ਪਹਿਲਾਂ ਸਾਰੇ ਦਰਸ਼ਕ ਦੇਖ ਹੀ ਚੁੱਕੇ ਆ ਜੀ ਬਲੈਕ ਪ੍ਰਿੰਸ ਦੇ ਵਿੱਚ ਜਦੋਂ ਵੀ ਉਹ ਕੋਈ ਹਿਸਟੋਰੀਕਲ ਮੂਵੀ ਬਣਾਉਂਦੇ ਆ ਤਾਂ ਬਹੁਤ ਜ਼ਿਆਦਾ ਰਿਸਰਚ ਕਰਦੇ ਆ ਬਹੁਤ ਜ਼ਿਆਦਾ ਪੜ੍ਹਦੇ ਆ ਦੇਖਦੇ ਆ ਜਿੱਥੇ ਜਿੱਥੇ ਕਰਤਾਰ ਸਿੰਘ ਸਰਾਭਾ ਗਿਆ ਉੱਥੇ-ਉੱਥੇ ਜਾ ਕੇ ਉਹਨਾਂ ਨੇ ਦੇਖਿਆ ਕੀ ਕੀ ਹੋਇਆ ਲੋਕਲ ਜਿੰਨੇ ਰੈ residencel ਉਹਨਾਂ ਨਾਲ ਗੱਲਬਾਤ ਕਰੀ ਤੇ ਫਿਰ ਫਾਈਨਲੀ ਉਹਨਾਂ ਨੇ ਮੂਵੀ ਇਹ ਤਿਆਰ ਕਰੀ ਜੀ ਤੇ ਮੈਨੂੰ ਮੈਂ ਆਪਦੇ ਆਪ ਨੂੰ ਬਹੁਤ ਲੱਕੀ ਸਮਝਦਾ ਕਿ ਮੈਨੂੰ ਵੀ ਕਰਤਾਰ ਸਿੰਘ ਸਰਾਭਾ ਦੀ ਮੂਵੀ ਦੇ ਵਿੱਚ ਮੈਂ ਵੀ ਹਿੱਸਾ ਆ ਉਹਦਾ ਅਵੀ ਰਾਜ ਜੀ ਦੇ ਨਾਲ ਉਹਨਾਂ ਦੇ ਨਾਲ ਰਲ ਕੇ ਸਾਰਾ ਕੰਮ ਕਰਿਆ ਤੇ ਪਰਮਾਤਮਾ ਦੀ ਕਿਰਪਾ ਵੀ ਮੂਵੀ ਆ ਰਹੀ ਹੈ ਜੀ ਇਤਿਹਾਸ ਤੇ ਉੱਤੇ ਫਿਲਮਾਂ ਬਣਾਉਣੀਆਂ ਹੁੰਦੀਆਂ ਵੀ ਖਾਸ ਕਰ ਜਦੋਂ ਬਹੁਤ ਖਾਸ ਸ਼ਖਸੀਅਤ ਹੋਵੇ ਜਿਵੇਂ ਪਹਿਲਾਂ ਦਲੀਪ ਸਿੰਘ ਹਾਂਜੀ ਗੱਲ ਕੀਤੀ ਸਮਾਰ ਹੁਣ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਇਹਨਾਂ ਦੇ ਫਿਲਮਾਂ ਸੰਬੰਧੀ ਕੋਈ ਕਿਹਾ ਇਤਿਹਾਸ ਬਹੁਤ ਜ਼ਿਆਦਾ ਜਿਹੜਾ ਇਕੱਠਾ ਕਰਨਾ ਪੈਂਦਾ ਆ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਹੁੰਦਾ ਫਿਰ ਬਹੁਤ ਸਾਰੇ ਕਈ ਵਾਰ ਵਾਦ-ਵਾਦ ਵੀ ਹੁੰਦੇ ਆ ਸੋ ਕਿੰਨਾ ਸਮਾਂ ਲੱਗ ਗਿਆ ਇਹ ਸਾਰੀਆਂ ਚੀਜ਼ਾਂ ਨੂੰ ਫਿਲਮ ਬਣਦੀ ਨੂੰ ਤੇ ਸਭ ਤੋਂ ਅਹਿਮ ਗੱਲ ਇਹ ਆ ਕਿ ਜਿਹੜੇ ਇਤਿਹਾਸਿਕ ਤੱਤ ਇਕੱਠੇ ਕਰਨੇ ਸੀ ਉਹ ਕਿਵੇਂ ਕੀਤੇ ਗਏ ਸਮੇਂ ਦੀ ਗੱਲ ਕਰਾਂਗੇ ਜੀ ਸਮਾਂ ਸਾਨੂੰ ਅਬਾਊਟ 5 ਕ ਸਾਲ ਲੱਗ ਗਏ ਜੀ ਮੂਵੀ ਨੂੰ ਕਿਉਂਕਿ ਮੂਵੀ ਐਜ਼ ਇਟ ਇਜ਼ ਜਿਵੇਂ ਜਿਵੇਂ ਸਰਾਬਾ ਜਿੱਥੇ ਜਿੱਥੇ ਗਿਆ ਜੋ ਜੋ ਉਹਨੇ ਖਰਿਆ ਉਹ ਦਿਖਾਣਾ ਸੀ ਜੀ ਤੇ ਇਤਿਹਾਸ ਜਿਹੜਾ ਸੀ ਉਹ ਇਦਾਂ ਸੀ ਜੀ ਬਈ ਜਿੰਨੀ ਕੁ ਮੈਨੂੰ ਨੌਲੇਜ ਸੀ ਪਿੰਡ ਆ ਪਿੰਡ ਸਰਾਬਾ ਵਾਸੀ ਹੋਣ ਕਰਕੇ ਉਹ ਮੈਂ ਆਪਣੀ ਸਾਰੀ ਨੌਲੇਜ ਸ਼ੇਅਰ ਕਰੀ ਜੋ ਮੈਂ ਆਪਣੇ ਦਾਦਾ ਜੀ ਤੋਂ ਪਰਦਾਦਾ ਜੀ ਤੋਂ ਪਿੰਡ ਤੋਂ ਸੁਣਦਾ ਰਿਹਾ ਉਹ ਸ਼ੇਅਰ ਕਰਿਆ ਸਾਰਾ ਕੁਝ ਤੇ ਕਵੀ ਰਾਜ ਜੀ ਨੇ ਬੁੱਖਾਂ ਪੜੀਆਂ ਜੀ ਸਾਰੀਆਂ ਤੇ ਪਲੱਸ ਕਬੀਰ ਰਾਜ ਜੀ ਸਾਡੇ ਹਾਲੀਵੁੱਡ ਦੇ ਡਾਇਰੈਕਟਰ ਆ ਹਾਲੀਵੁੱਡ ਵਿੱਚ ਹੀ ਰਹਿ ਰਹੇ ਆ ਜੀ ਐਲ.ਏ ਦੇ ਵਿੱਚ ਜੀ ਤੇ ਉਹਨਾਂ ਦੇ ਵੀ ਗਾਹਾਂ ਰਿਸ਼ਤੇਦਾਰ ਸੀ ਜੋ ਕਾਫੀ 1912 13 ਤੋਂ ਜਦੋਂ ਕਰਤਾਰ ਸਿੰਘ ਸਰਾਭਾ ਆਇਆ ਸੀ 1912 ਵਿੱਚ ਕੈਲੀਫੋਰਨੀਆ ਐਰੋਨੈਟਿਕਲ ਇੰਜੀਨੀਅਰਿੰਗ ਕਰਨ ਜੀ ਬਰਕਲੇ ਯੂਨੀਵਰਸਿਟੀ ਦੇ ਵਿੱਚ ਤੇ ਉਹਨਾਂ ਨੂੰ ਵੀ ਸਾਰੇ ਉਹ ਪਤਾ ਸੀ ਕਬੀਰ ਰਾਜ ਜੀ ਸੁਣਦੇ ਰਹਿੰਦੇ ਸੀ ਉਹ ਕਹਾਣੀਆਂ ਸਰਾਭੇ ਬਾਰੇ ਗਦਰੀ ਬਾਬਿਆਂ ਬਾਰੇ ਬਾਬਾ ਸੋਹਣ ਸਿੰਘ ਜੀ ਭਗਨਾ ਹਰਨਾਮ ਸਿੰਘ ਟੁੰਡੀ ਲਾਟ ਬਾਰੇ ਵੀ ਕੀ ਕੀ ਕਰਿਆ ਉਹਨਾਂ ਨੇ ਤੇ ਉਹ ਵੀ ਸਾਰੀ ਸਟੱਡੀ ਉਹ ਕਰਦੇ ਰਹੇ ਰਿਸਰਚ ਕਰਦੇ ਰਹੇ ਬੁੱਕਾਂ ਪੜ੍ਹਦੇ ਰਹੇ ਸੁਣਦੇ ਰਹੇ ਉਹਨਾਂ ਨੂੰ ਪਹਿਲਾਂ ਤੋਂ ਹੀ ਇਤਿਹਾਸ ਬਾਰੇ ਪਤਾ ਸੀ ਕਾਫੀ ਕਾਫੀ ਤੇ ਬਾਕੀ ਜਿੰਨਾ ਕੁ ਮੇਰੇ ਤੋਂ ਐਫਰਟ ਪਿਆ ਮੈਂ ਦੱਸਿਆ ਪਿੰਡ ਹੋਣ ਦੇ ਨਾਤੇ ਜੀ ਤੇ ਇਦਾਂ ਸਾਰੀ ਰਿਸਰਚ ਕਰਕੇ ਇੰਨਾ ਟਾਈਮ ਲਾ ਕੇ ਬਣਾਈ ਸੀ ਸੋ ਐਫੀ ਦੀ ਸ਼ੂਟਿੰਗ ਸਾਰਿਆਂ ਥਾਵਾਂ ਤੇ ਹੋਈ ਆ ਪੰਜਾਬ ਤੋਂ ਲੈ ਕੇ ਅਮਰੀਕਾ ਕੈਨੇਡਾ ਦੇ ਵਿੱਚ ਬਿਲਕੁਲ ਜੀ ਬਿਲਕੁਲ ਮੋਸਟਲੀ ਸ਼ੂਟਿੰਗ ਹੋਈ ਜੀ ਉਹਦੀ ਕੈਲੀਫੋਰਨੀਆ ਆਸਟਰੀਆ ਹੋਰੇਗੰਦੇ ਵਿੱਚ ਜਿੱਥੇ ਜਿੱਥੇ ਸਰਾਭਾ ਗਿਆ ਅਸੀਂ 99.9 ਉੱਥੇ ਉੱਥੇ ਜਾ ਕੇ ਸ਼ੂਟ ਕਰਿਆ ਜੀ ਫਿਰ ਆਪਣੇ ਵੈਂਕੂਵਰ ਇੱਥੇ ਹੋਈ ਆ ਜੀ ਸ਼ੂਟਿੰਗ ਕਾਫੀ ਥੋੜੀ ਬਹੁਤ ਸ਼ੂਟਿੰਗ ਅਸੀਂ ਮਨੀਲਾ ਦੇ ਵਿੱਚ ਕਰੀ ਆ ਜੀ ਬੰਦਰਗਾਹ ਤੇ ਤੇ ਬਾਕੀ ਪੰਜਾਬ ਤੇ ਰਾਜਸਥਾਨ ਚ ਹੋਈ ਆ ਜੀ ਜੀ ਸੋ 5 ਸਾਲ ਲੱਗੇ ਨੇ ਕਾਫੀ ਤੁਸੀਂ ਟ੍ਰੇਲਰ ਦੇਖਿਆ ਹੋਣਾ ਕਾਫੀ ਹਾਈ ਬਜਟ ਮੂਵੀ ਬਣਾਈ ਹੈ ਔਰ ਖਾਸ ਤੌਰ ਤੇ ਹਾਲੀਵੁੱਡ ਦੇ ਡਾਇਰੈਕਟਰ ਤੋਂ ਦੱਸਿਆ ਹਾਂ ਜੀ ਕੋ ਪਹਿਲਾਂ ਹੀ ਮੰਨ ਚੁੱਕੇ ਔਰ ਲੋਕ ਤਾਂ ਉਹਨਾਂ ਦਾ ਜਿਹੜਾ ਲੋਹਾ ਸੀ ਬਲੈਕਫ੍ਰੇਸ ਤੋਂ ਸੋ ਇਹ ਆਪਾਂ ਥੋੜੀ ਹੁਣ ਇਸ ਤੋਂ ਅੱਗੇ ਗੱਲ ਕਰਦੇ ਹਾਂ ਫਿਲਮ ਹੁਣ 3 ਨਵੰਬਰ ਨੂੰ ਰਿਲੀਜ਼ ਹੋਣੀ ਹੈ ਆਪਣੀ ਤਿੰਨ ਚਾਰ ਤਿੰਨ ਪਹਿਲਾਂ ਗੱਲ ਹੋਈ ਸੀ ਤੁਸੀਂ ਕਿਹਾ ਸੀ ਕਿ ਮੈਂ ਇੰਡੀਆ ਆਸਟ੍ਰੇਲੀਆ ਤੋਂ ਵਾਪਸ ਆ ਕੇ ਤੁਹਾਨੂੰ ਮਿਲਦਾ ਤੇ ਤੁਸੀਂ ਆ ਜਾ ਕੇ ਬੈਠੋ ਤੇ ਮੈਂ ਚਾਹੁੰਦਾ ਜੀ ਤਿੰਨ ਚਾਰ ਤਨ ਘੁੰਮ ਕੇ ਹਾਂਜੀ ਸੋ ਹੁਣ ਸ਼ਹੀਲ ਕਤਾਰ ਸਿੰਘ ਹੁਣ ਦਾ ਜੀਵਨ ਕੋਕਿ ਤੁਸੀਂ ਇੱਥੇ ਇਹਦੀ ਇੱਕ ਜਿਹੜੀ ਆ ਸਲੋਗਨ ਵੀ ਲਿਖਿਆ ਵੇ ਉਹ ਕਹਾਣੀ ਨਹੀਂ ਦੱਸੀ ਗਈ। ਬਿਲਕੁਲ ਜੀ। ਜੋ ਹੁਣ ਕੀ ਕੀ ਕਰ ਰਹੇ ਹੋ ਉਹ ਕਹਾਣੀ ਇਹ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਲਈ। ਤੁਹਾਡਾ ਬਹੁਤ ਵਧੀਆ ਕੁਐਸਚਨ ਆ ਡਾਕਟਰ ਸਾਹਿਬ। ਹੁਣ ਕਰ ਰ ਇਦਾਂ ਰਹੇ ਆ ਜੀ ਦੇਖੋ ਮੂਵੀ ਤੇ ਇੱਕ ਬਣ ਗਈ ਆ ਜੀ। ਮੂਵੀ ਬਣ ਕੇ ਹੁਣ ਇੱਕ ਡੱਬੇ ਦੇ ਵਿੱਚ ਬੰਦਿਆ ਜਿਹਨੂੰ ਕਿ 3 ਨਵੰਬਰ ਨੂੰ ਆਪਾਂ ਸਾਰੇ ਥੀਏਟਰਾਂ 'ਚ ਵਰਲਡਵਾਈਡ ਰਿਲੀਜ਼ ਕਰਨਾ ਹਰੇਕ ਜਗ੍ਹਾ ਲੱਗੇਗੀ ਮੂਵੀ। ਜੀ। ਹੁਣ ਮੂਵੀ ਬਣ ਗਈ ਉਹਦੇ ਨਾਲ ਉਹਦੀ ਪ੍ਰੋਮੋਸ਼ਨ ਵੀ ਬਹੁਤ ਜ਼ਰੂਰੀ ਆ। ਹੁਣ ਜੇ ਦਰਸ਼ਕਾਂ ਨੂੰ ਪਤਾ ਲੱਗੇਗਾ ਕਿੱਥੇ ਕਿੱਥੇ ਮੂਵੀ ਲੱਗ ਰਹੀ ਆ ਫੇਰ ਹੀ ਉਹ ਜਾਣਗੇ ਜੀ ਹੁਣ ਜਿਹੜਾ ਉਹਦਾ ਜਿੰਨੇ ਵੀ ਮਾਧਿਮਾ ਜੀ ਦੱਸਣ ਦੇ ਜੀ ਜਿੰਨੇ ਵੀ ਜਰੀਆ ਦੱਸਣ ਦੇ ਉਹ ਸਾਰੇ ਅਸੀਂ ਅਪਣਾਏ ਆ ਜੀ ਨਿਊਜ਼ਪੇਪਰ ਦੇ ਵਿੱਚ ਮੋਸਟਲੀ ਵਰਲਡ ਵਾਈਡ ਕਢਾਇਆ ਗਿਆ ਜੀ ਜਿੰਨੇ ਵੀ ਰੇਡੀਓ ਚੱਲਦੇ ਆ ਆਪਣੇ ਉਹਨਾਂ ਦੇ ਵਿੱਚ ਦੱਸਿਆ ਗਿਆ ਵੀ ਮੂਵੀ ਆ ਰਹੀ ਆ ਪਲੱਸ ਟੈਲੀਵਿਜ਼ਨ ਦੇ ਵਿੱਚ ਜਿੱਥੇ ਟੀਵੀ ਚੱਲਦੇ ਕੋਈ ਵੀ ਟੀਵੀ ਪ੍ਰੋਗਰਾਮ ਚੱਲਦਾ ਉੱਥੇ ਦੱਸਿਆ ਗਿਆ ਜੀ ਨਾਲ ਦੀ ਨਾਲ ਵੀਰ ਜੀ ਅਸੀਂ ਬੱਸਾਂ ਰੈਪ ਕਰਾਈਆਂ ਜੀ ਸਪੈਸ਼ਲੀ ਆਪਣੇ ਕੈਨੇਡਾ ਦੇ ਵਿੱਚ ਜੀ ਪ੍ਰਾਈਮ ਸਿਟੀਆਂ ਦੇ ਵਿੱਚ ਵੈਨਕੂਵਰ ਹੋ ਗਿਆ ਟ੍ਰਾਂਟੋ ਕੈਲਗਰੀ ਮਿੰਟਨ ਜੀ ਪਲੱਸ ਇੰਗਲੈਂਡ ਦੇ ਵਿੱਚ ਬੱਸਾਂ ਰੈਪ ਕਰਾਈਆਂ ਜੀ ਅਮਰੀਕਾ 'ਚ ਕਰਾਈਆਂ ਤੇ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ਼ ਦੇ ਨਾਲ ਕੰਟਰੈਕਟ ਕਰਿਆ ਉੱਥੇ ਬੱਸਾਂ ਰੈਪ ਕਰਾਈਆਂ ਜੀ ਤੁਸੀਂ ਕੋਈ ਵੀ ਦਰਸ਼ਕ ਪੰਜਾਬ ਜਾਂਦਾ ਹੋਊਗਾ ਉਹਨਾਂ ਨੂੰ ਦੇਖਿਓ ਵੀ ਤੁਸੀਂ ਦਿੱਲੀ ਤੋਂ ਜਾਂਦੇ ਹੋ ਚੰਡੀਗੜ੍ਹ ਤੋਂ ਜਾਂਦੇ ਹੋ ਜਲੰਧਰ ਤੋਂ ਅਮਰਸਰ ਤੋਂ ਆਉਨੇ ਹੋ ਵੱਡੇ ਵੱਡੇ ਬਿਲਬੋਰਡ ਲਾਏ ਗਏ ਆ ਜੀ ਸਰਾਬੇ ਦੇ ਜੀ ਉਹਦਾ ਕੀ ਕਾਰਨ ਇਹ ਸੀ ਵੀ ਸਭ ਨੂੰ ਪਤਾ ਲੱਗ ਜਾਵੇ ਮੂਵੀ ਬਾਰੇ ਜੀ ਫਿਰ ਜਿੰਨਾ ਆਪਣਾ ਸੋਸ਼ਲ ਮੀਡੀਆ ਜੀ ਫੇਸਬੁੱਕ ਹੋਗੀ ਟਿਕਟੋਕ ਇੰਸਟਾਗ੍ਰਾਮ ਲਿੰਕਡਇਨ ਉਹਦੇ ਉੱਪਰ ਐਡ ਚੱਲ ਰਹੀ ਹੈ ਜੀ ਹੁਣ ਮੂਵੀ ਜ਼ਰੂਰੀ ਨਹੀਂ ਵੀ ਮੂਵੀ ਦਿਖਾਉਣ ਦਾ ਮਤਲਬ ਇਹੀ ਆ ਜੀ ਵੀ ਆਪਾਂ ਆਪਣੇ ਇਤਿਹਾਸ ਨੂੰ ਨਾ ਭੁੱਲੀਏ ਜੀ ਸਾਡੇ ਆਉਣ ਵਾਲੇ ਬੱਚਿਆਂ ਨੂੰ ਸਾਡੇ ਆਉਣ ਵਾਲੇ ਯੂਥ ਨੂੰ ਪਤਾ ਹੋਣਾ ਚਾਹੀਦਾ ਵੀ ਸਰਾਬਾ ਕੌਣ ਸੀਗਾ ਜੀ ਉਹਦੇ ਕਰਕੇ ਅਸੀਂ ਜਿੱਥੇ ਸਾਤੋ ਜਰੀਆ ਹੋਇਆ ਸੀ ਜਾ ਕੇ ਪਹੁੰਚੇ ਜਿੱਥੇ-ਜਿੱਥੇ ਅਸੀਂ ਪਰਸਨਲੀ ਜਾ ਸਕਦੇ ਆ ਤੁਹਾਨੂੰ ਇੰਟਰਸਟਿੰਗ ਗੱਲ ਦੱਸਾਂਗਾ ਵੀ ਜਿੱਦਾਂ ਤੁਹਾਨੂੰ ਪਤਾ ਵੀਰ ਜੀ ਮੈਂ ਤੇ ਵੈਂਕੂਵਰ ਰਹਿਣਾ ਇੱਥੇ ਲਹਿਗ ਲਈ ਤੇ ਆਪਣੇ ਕਵੀ ਰਾਜ ਜੀ ਹਾਲੀਵੁੱਡ ਡਾਇਰੈਕਟਰ ਆ ਉਹ ਹਾਲੀਵੁੱਡ ਚ ਐਲ.ਏ ਰਹਿੰਦੇ ਆ ਜੀ ਹੁਣ ਅਸੀਂ ਮੂਵੀ ਦੀ ਪ੍ਰੋਮੋਸ਼ਨ ਕਰਨ ਲਈ ਜੀ ਦੇਖੋ ਬੈਕ ਐਂਡ ਫੋਰਥ ਬੈਕ ਐਂਡ ਫੋਰਥ ਜਾਣਾ ਪੈਂਦਾ ਆ ਹੁਣ ਅਸੀਂ ਇੱਥੋਂ ਕੈਲਗਰੀ ਗਏ ਬੈਕ ਆਏ ਜੀ ਐਡਮੰਟਨ ਗਏ ਬੈਕ ਆਏ ਵੈਂਕੂਵਰ ਆਏ ਕਵੀ ਰਾਜ ਜੀ ਫਿਰ ਅਸੀਂ ਜੀ ਮੌਂਟਰੀਅਲ ਗਏ ਹਮਿਲਟਨ ਗਏ ਟ੍ਰਾਂਟੋ ਗਏ ਉਸ ਤੋਂ ਬਾਅਦ ਦੇ ਵਿੱਚ ਜੀ ਇੰਗਲੈਂਡ ਫਿਰ ਇੰਡੀਆ ਜਾ ਕੇ ਆਏ ਆ ਰੀਸੈਂਟਲੀ 3 ਦਿਨਾਂ ਦੀ ਖਾਤਰ ਸਾਡੇ ਡਾਇਰੈਕਟਰ ਸਾਹਿਬ ਹਲੇ ਇੰਡੀਆ ਹੀ ਹੈ ਕਲਾਕਾਰਾਂ ਨੇ ਬਹੁਤ ਦਿੱਗਜ ਕਲਾਕਾਰਾਂ ਨੇ ਕੰਮ ਕਰਿਆ ਤੇ ਡਾਇਰੈਕਟਰ ਸਾਹਿਬ ਨੇ ਮੂਵੀ ਬਣਾਈ ਪਰ ਗੱਲ ਇਹ ਸੀ ਵੀ ਮੂਵੀ ਨਾਲ ਜੇ ਤੁਸੀਂ ਦਿਲੋਂ ਜੁੜੇ ਹੋਏ ਹੋ ਤਾਂ ਤੁਸੀਂ ਆਪ ਚਾਹੁੰਦੇ ਹੋ ਵੀ ਤੁਸੀਂ ਆਪ ਜਾ ਕੇ ਹਰੇਕ ਸਿਟੀ ਦੇ ਵਿੱਚ ਦੱਸੋ ਮੂਵੀ ਬਾਰੇ ਤਾਂ ਕਿ ਦਰਸ਼ਕ ਜੁੜਨ ਤੇ ਦੇਖ ਕੇ ਆਉਣ ਤੇ ਇਹ ਜਰੀਆ ਆਪਣਾ ਕੇ ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਾਂ ਬਿਲਕੁਲ ਜੀ ਜਿਵੇਂ ਦੱਸਿਆ ਉਹਨਾਂ ਨੇ ਬੱਸਾਂ ਤਾਂ ਕਰਾਈਆਂ ਆ ਜ਼ਿਕਰ ਨਹੀਂ ਕੀਤਾ ਨਾ ਇਹਨਾਂ ਦਾ ਆਪਣਾ ਡਰਾਈਵਿੰਗ ਸਕੂਲ ਆ ਤੇ ਟਰੱਕ ਵੀ ਇੱਥੇ ਤੁਸੀਂ ਜੇ ਵੈਨਕੂਵਰ ਦੇ ਮੈਟਰੋ ਵੈਨਕੂਵਰ ਦੇ ਲੋਅਰ ਮੈਨੇਜ ਕੋ ਮਰਿਆ ਤਾਂ ਤੁਹਾਨੂੰ ਵੀ ਇੱਥੇ ਦੇਖਣ ਨੂੰ ਮਿਲ ਜਾਣਗੇ ਪੂਰੇ ਟਰੱਕ ਜੇ ਟ੍ਰੇਲਰ ਰ ਸੋ ਆਪਾਂ ਜਦੋਂ ਗੱਲਬਾਤ ਕਰ ਰਹੇ ਸੀਗੇ ਪਹਿਲਾਂ ਤੇ ਕਿ ਕਿ ਆਪਾਂ ਪਹਿਲੀ ਵਾਰ ਮਿਲਿਆ ਮੇਰੀ ਕੋਸ਼ਿਸ਼ ਇਹ ਸੀ ਵੀ ਥੋੜੀਆਂ ਗੱਲਾਂ ਬਾਤਾਂ ਹੋ ਜਾਣ ਫਿਰ ਪਤਾ ਲੱਗ ਜਾਂਦਾ ਹਾਂਜੀ ਤੁਸੀਂ ਦੱਸਿਆ ਕਿ ਤੁਸੀਂ ਜਦੋਂ ਕੈਨੇਡਾ ਆਏ ਤੁਹਾਡਾ ਤੁਹਾਡਾ 20 ਸਾਲ ਪੁਰਾਣਾ ਜਿਹੜਾ ਇਹ ਸੁਪਨਾ ਆਇਆ ਸੋ ਅ ਬਹੁਤ ਮਿਹਨਤ ਕੀਤੀ ਇੱਥੇ ਇੱਥੇ ਹਾਂਜੀ ਬਾਈ ਜੀ ਹੁਣਾਂ ਦੱਸਿਆ ਕਿ 4 ਮਿਲੀਅਨ ਭਾਵ ਕਿ 40 ਲੱਖ ਕਿਲੋਮੀਟਰ ਤੱਕ ਕੈਨੇਡਾ 'ਚ ਟਰੱਕ ਚਲਾ ਛੱਡਿਆ ਤੇ ਹੁਣ ਪਤਾ ਨਹੀਂ ਕਿੰਨੇ ਕੁ ਡਰਾਈਵਰ ਬਣਾਤੇ ਹੋਣੇ ਆ ਸੋ ਇੰਨੀ ਮਿਹਨਤ ਜਿਹੜੀ ਆ ਉਹਦੇ ਦੌਰਾਨ ਸੁਪਨਾ ਤੁਹਾਡਾ ਇਹੀ ਰਿਹਾ ਵੀ ਕਿ ਆ ਜਾ ਫਿਰ ਮਿਹਨਤੀ ਸੁਪਨੇ ਦੇਖ ਕੇ ਕੀਤੀ ਦੇਖੋ ਜੀ ਮਿਹਨਤ ਹੁਣ ਆਪਾਂ ਹਰੇਕ ਆਉਣੇ ਆ ਜੀ ਬਾਹਰਲੇ ਮੁਲਕਾਂ ਦੇ ਵਿੱਚ ਫੋਰਨ ਕੰਟਰੀਜ਼ ਤੁਸੀਂ ਅਰਬ ਕੰਟਰੀਆਂ ਲਾ ਲਓ ਇੰਗਲੈਂਡ ਲਾ ਲਓ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਅਮਰੀਕਾ ਲਾ ਲਓ ਆਪਾਂ ਸਾਰੇ ਪੰਜਾਬ ਨੂੰ ਛੱਡ ਕੇ ਉਰੇ ਆਏ ਆਂ ਜੀ ਮਿਹਨਤ ਕਰਨ ਆਏ ਆਂ ਇੱਕ ਚੰਗਾ ਭਵਿੱਖ ਆਪਣਾ ਬੱਚਿਆਂ ਦਾ ਵਧੀਆ ਲਾਈਫ ਹੋਵੇ ਸਾਰਾ ਕੁਝ ਖਾਣ ਪੀਣ ਨੂੰ ਮਿਲੀਏ ਤੇ ਵਧੀਆ ਲਾਈਫ ਆਪਣੀ ਇੰਜੋਏ ਕਰੀਏ ਕਿਉਂਕਿ ਜ਼ਿੰਦਗੀ ਕੱਟਣ ਤੇ ਜ਼ਿੰਦਗੀ ਜਿਉਣ 'ਚ ਫਰਕ ਬਹੁਤ ਆ ਜੀ ਜਿਹਨੂੰ ਪਤਾ ਲੱਗ ਗਿਆ ਜ਼ਿੰਦਗੀ ਜਿਉਣ ਦਾ ਜ਼ਰੂਰੀ ਨਹੀਂ ਜਿਹੜੀ ਵੀ ਅਗਲੇ ਦਾ ਗੋਲ ਆ ਜੁਬੇ ਵੀ ਜ਼ਿੰਦਗੀ ਜਿਉਣਾ ਚਾਹੁੰਦਾ ਬੰਦਾ ਤੰਦਰੁਸਤ ਰਹਿ ਕੇ ਜਿਉ ਸਕਦਾ ਹੁਣ ਮੇਰਾ ਇਹ ਸੁਪਨਾ ਸੀ ਗੋਲ ਸੀ ਜੀ ਦੇਖੋ ਕੋਈ ਨਾ ਕੋਈ ਆਪਣਾ ਗੋਲ ਹੁੰਦਾ ਵੀ ਜ਼ਿੰਦਗੀ ਤੁਸੀਂ ਕਿਸ ਲੇਖੇ ਲਾਉਣੀ ਆ ਜਾਂ ਕਿਹੜੇ ਕੰਮ ਕੀ ਤੁਹਾਡੇ ਗੋਲ ਹੈਗੇ ਨੇ ਪੈਸਾ ਹਰੇਕ ਨੇ ਬਣਾਉਣਾ ਜੀ ਪੈਸਾ ਆਪਾਂ ਨੂੰ ਲੋੜਿਆ ਲੋੜ ਮੁਤਾਬਕ ਦਿੰਦਾ ਰਹੇ ਸਭ ਤੋਂ ਵੱਡੀ ਗੱਲ ਹੁੰਦੀ ਜੀ ਹੈਲਥ ਇਜ਼ ਵੈਲਥ ਹੈਲਥ ਵਧੀਆ ਤਾਂ ਸਭ ਕੁਝ ਠੀਕ ਆ ਸੋ ਮੇਰਾ ਇਹ ਸੁਪਨਾ ਗੋਲ ਸਿਰਫ ਸਰਾਭਾ ਮੂਵੀ ਦਾ ਹੀ ਸੀਗਾ ਜੀ ਵੀ ਕਰਤਾਰ ਸਿੰਘ ਸਰਾਭੇ ਦੀ ਮੂਵੀ ਆਵੇ ਕਿਉਂਕਿ ਪਹਿਲਾਂ ਤੁਸੀਂ ਦੇਖਿਆ ਹੋਣਾ ਵੀ ਪ੍ਰਾਇਮਰੀ ਸਕੂਲ ਦੇ ਵਿੱਚ ਆਪਾਂ ਪੜ੍ਹਦੇ ਸੀ ਕਾਇਦਿਆਂ ਦੇ ਵਿੱਚ ਆਉਂਦਾ ਹੁੰਦਾ ਸੀ ਕਵਿਤਾ ਆਉਂਦੀ ਹੁੰਦੀ ਹੁੰਦੀ ਹੈਂ ਦਾ ਵਾਸੀ ਉਹ ਸਭ ਨੂੰ ਯਾਦ ਬਿਲਕੁਲ ਜੀ ਬਿਲਕੁਲ ਆਉਂਦੀ ਸੀ ਸਹੀ ਗੱਲ ਆ ਜੀ ਹੌਲੀ ਹੌਲੀ ਉਹ ਵੀ ਕੱਟ ਗਈਆਂ ਜੀ ਚੀਜ਼ਾਂ ਜੀ ਟੈਕਨੋਲੋਜੀ ਚੇਂਜ ਹੁੰਦੀ ਰਹੀ ਸਾਰ ਕਿਉਂਕਿ ਅੱਜ ਜਿਹੜਾ ਇੱਕ ਦੁਨੀਆ ਆ ਸਮਾਲ ਵਰਲਡ ਬਣ ਗਿਆ ਜੀ ਹਰੇਕ ਕਿਤੇ ਤੁਸੀਂ ਟੈਕਨੋਲੋਜੀ ਦੇ ਥਰੂ ਫੋਨ ਦੇ ਥਰੂ ਦੇਖ ਸਕਦੇ ਹੋ ਜੀ ਹੁਣ ਆਪਾਂ ਯਾਦ ਰੱਖਦੇ ਆ ਸਾਰਾ ਕੁਝ ਮੇਰਾ ਗੋਲ ਇਹ ਸੀਗਾ ਵੀ ਜਿਹੜੇ ਸਾਡੀ ਜਿਹੜੀ ਧਰਤੀ ਆ ਪੰਜਾਬ ਆ ਦੇਸ਼ ਆ ਸਾਡੀ ਉਹ ਯੋਧ ਗੁਰੂਆਂ ਦੀ ਪੀਰਾਂ ਦੀ ਧਰਤੀ ਆ ਸੂਰਮਿਆਂ ਦੀ ਧਰਤੀ ਆ ਸੋ ਬੇਸ਼ੱਕ ਪੰਜਾਬੀ ਨੱਚਣ ਟੱਪਣ ਵਾਲੀਆਂ ਮੂਵੀਆਂ ਦੇਖਦੇ ਆਪਾਂ ਕਮੇਡੀ ਮੂਵੀਆਂ ਦੇਖਦੇ ਆਂ ਪਰ ਇਤਿਹਾਸ ਨੂੰ ਵੀ ਦਿਖਾਉਣਾ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਦੱਸਣਾ ਬਹੁਤ ਜ਼ਰੂਰੀ ਆ ਜੀ ਜੇ ਉਹਨਾਂ ਨੂੰ ਥੋੜਾ ਜਿਹਾ ਵੀ ਪਤਾ ਲੱਗ ਜਾਏ ਕਿਸੇ ਚੀਜ਼ ਬਾਰੇ ਬੱਚੇ ਚਾਹੇ ਆਪਣੇ ਇੱਥੇ ਰਹਿੰਦੇ ਚਾਹੇ ਪੰਜਾਬ ਇੰਡੀਆ ਰਹਿੰਦੇ ਆ ਉਹ ਗੂਗਲ ਤੇ ਸਰਚ ਕਰਕੇ ਸਭ ਕੁਝ ਲੱਭ ਜਾਂਦੇ ਆ ਜੀ ਪਰ ਐਜ਼ ਲੌਂਗ ਐਸ ਸਾਨੂੰ ਦੱਸਣਾ ਕਿਸੇ ਨਾ ਕਿਸੇ ਨੂੰ ਚਾਹੀਦਾ ਆ ਸੋ ਸਾਡਾ ਜਰੀਆ ਸੀ ਮੇਰਾ ਸੁਪਨਾ ਸੀ ਵੀ ਸਰਾਬੇ ਬਾਰੇ ਜ਼ਰੂਰ ਪਤਾ ਲੱਗੇ ਰੀਜ਼ਨ ਬਿਹਾਈਂਡ ਥੈਟ ਵੀ ਤੁਹਾਨੂੰ ਪਤਾ ਵੀਰ ਜੀ ਵੀ ਕਰਤਾਰ ਸਿੰਘ ਸਰਾਭੇ ਨੂੰ ਭਗਤ ਸਿੰਘ ਤੇ ਉਦਮ ਸਿੰਘ ਆਪਦਾ ਗੁਰੂ ਮੰਨਦੇ ਸੀ ਇਨਸਪਾਇਰ ਕਰਿਆ ਜੀ ਉਹਨੇ ਤੇ ਹੁਣ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਕਰਤਾਰ ਸਿੰਘ ਸਰਾਭਾ ਦੀ ਮੂਵੀ ਦੇਖ ਕੇ ਪਤਾ ਲੱਗੇਗਾ ਜ਼ਰੂਰ ਵੀ ਜੇ 19 ਸਾਲ ਦਾ ਕਰਤਾਰ ਸਿੰਘ ਸਰਾਭਾ ਅਮਰੀਕਾ ਛੱਡ ਕੇ ਜੀ ਪੰਜਾਬ ਜਾ ਕੇ ਦੇਸ਼ ਲਈ ਫਾਂਸੀ ਚੜ੍ਹ ਸਕਦਾ ਤੇ ਸਾਡੇ ਬੱਚੇ 19 ਸਾਲ ਦੇ ਕਰਤਾਰ ਸਿੰਘ ਸਰਾਭੇ ਨੂੰ ਦੇਖ ਕੇ ਇੱਕ ਚੰਗੇ ਇਨਸਾਨ ਤਾਂ ਬਣ ਸਕਦੇ ਆ ਜੀ ਇਹ ਗੋਲੇ ਆ ਜੀ ਬਿਲਕੁਲ ਜੀ 19 ਸਾਲ ਦੀ ਉਮਰ ਦੇ ਵਿੱਚ ਔਰ ਇਹ ਕਈ ਵੀਸੀ ਪੋਤਰਾ ਦੀਆਂ ਚੀਜ਼ਾਂ ਨੇ ਫਿਲਮ ਚ ਕਿਉਂਕਿ ਇੱਕ ਫਿਲਮ ਬਹੁਤ ਵਧੀਆ ਹੈ ਇਹ ਸੋਰਸ ਹੁੰਦਾ ਜੇ ਵਧੀਆ ਇਤਿਹਾਸਕ ਤੱਥਾਂ ਦਾ ਬਣ ਜਵੇ ਥੋੜੇ ਸਮੇਂ ਦੇ ਵਿੱਚ ਇਤਿਹਾਸ ਨੂੰ ਸਮਝਣ ਦਾ ਕਿਸੇ ਦੀ ਸ਼ਖਸੀਅਤ ਦੇ ਬਾਰੇ ਸਮਝਣ ਦਾ ਜਿਸ ਤਰੀਕੇ ਨਾਲ ਮੈਂ ਇਸੇ ਵਾਲੀ ਹੋਣਾ ਸੀ ਤੁਸੀਂ ਵੀ ਜ਼ਿਕਰ ਛੇੜ ਲਿਆ ਕਿ ਨੱਚਣ ਟੱਪਣ ਵਾਲਗਾ ਸੀ ਦੇਖਦੇ ਹਾਂ ਕਿ ਕੋਈ ਕਮੇਡੀ ਫਿਲਮ ਹੁੰਦੀ ਆ ਖਾਸ ਤੌਰ ਤੇ ਵਿੱਚ ਥੋੜੀ ਡਬਲ ਮੀਨਿੰਗ ਕਮੇਡੀ ਦੀ ਭਰਮਾਰ ਹੋਵੇ ਤਾਂ ਉਹ ਕਈ ਕਰੋੜਾ ਕਮਾ ਜਾਂਦੀ ਹੈ ਬਿਲਕੁਲ ਜੀ ਤੇ ਜਿਹੜੀ ਕੋਈ ਫਿਲਮ ਇਹਨੂੰ ਤਾਂ ਅਸੀਂ ਕਮਰਸ਼ੀਅਲ ਮੰਨਦੇ ਹੀ ਨਹੀਂ ਵੀ ਇਹ ਕਮਰਸ਼ੀਅਲ ਨਹੀਂ ਜੀ ਕੋਈ ਕਮਰਸ਼ੀਅਲ ਹੈ ਉਹ ਸੋ ਹੁਣ ਲੋਕਾਂ ਤੋਂ ਕੀ ਮੀਰ ਆ ਉਹ ਤਾਂ ਬਹੁਤ ਗੱਲਾਂ ਕਰਦੇ ਆ ਜੀ ਬਹੁਤ ਵਧੀਆ ਚੀਜ਼ਾਂ ਬਾਣੀਆਂ ਚਾਹੀਦੀਆਂ ਹਾਂਜੀ ਪੀੜ ਨਵੀਂ ਪੀੜੀ ਨੂੰ ਸੇਧ ਦੇਣ ਲੱਗਦਾ ਵੀ ਹੁਣ ਤੁਸੀਂ ਇੱਕ ਉਪਰਾਲਾ ਕੀਤਾ ਤਾਂ ਤੁੰਨਾ ਚੌਧਾ ਚ ਲੱਗ ਜੂ ਪਤਾ ਵੀ ਕਿੰਨੇ ਕੇਸ ਪਾਸੇ ਨਾਉਂਦੀਆਂ ਜਾਂ ਕਿੰਨੀ ਐਕਸਪੋਰਟ ਕਰਦੇ ਕਿਸੇ ਚੰਗੇ ਉਪਰਾਲੇ ਦੇ ਬਿਲਕੁਲ ਜੀ ਬਿਲਕੁਲ ਬਿਲਕੁਲ ਦੇਖੋ ਉਮੀਦ ਪੂਰੀ ਆ ਜੀ ਸਾਨੂੰ ਕਿਉਂਕਿ ਚੱਕਰ ਇਹ ਹੈਗਾ ਵੀ ਦੇਖੋ ਹੁਣ ਆਪਾਂ ਅੱਗੇ ਬਾਲੀਵੁੱਡ ਦੇ ਲਾ ਲਓ ਆਪਣੇ ਬਾਲੀਵੁੱਡ ਦੇ ਲਾ ਲਓ ਆਪਾਂ ਨੂੰ ਹੁੰਦਾ ਸੀ ਯਾਰ ਆਹ ਡਾਇਰੈਕਟਰ ਵਧੀਆ ਜਾਂ ਐਕਟਰ ਵਧੀਆ ਇਹਦੀ ਮੂਵੀ ਜ਼ਰੂਰ ਦੇਖਣੀ ਆ ਹੁਣ ਇੰਨੀਆਂ ਜ਼ਿਆਦਾ ਮੂਵੀਆਂ ਆ ਰਹੀਆਂ ਨੇ ਆਪਾਂ ਨੂੰ ਕੁਝ ਪਤਾ ਹੀ ਨਹੀਂ ਲੱਗ ਰਿਹਾ ਕਿਹੜੀ ਮੂਵੀ ਦੇਖੀਏ ਕਿਹੜੀ ਨਾ ਦੇਖੀਏ ਹੁਣ ਜੋ ਅੱਜਕੱਲ ਟ੍ਰੈਂਡ ਚੱਲ ਰਿਹਾ ਵੀਰ ਜੀ ਤੁਹਾਨੂੰ ਵੀ ਪਤਾ ਆ ਬਈ ਕਮੇਡੀਅਨ ਮੂਵੀ ਜ਼ਿਆਦਾ ਚੱਲ ਰਹੀਆਂ ਜੀ ਨੱਚਣ ਟੱਪਣ ਵਾਲੀਆਂ ਜ਼ਿਆਦਾ ਚੱਲ ਰਹੀਆਂ ਨੇ ਪਲੱਸ ਡਬਲ ਮੀਨਿੰਗ ਮੂਵੀਆਂ ਬਹੁਤ ਆ ਰਹੀਆਂ ਉਹੀ ਤੁਸੀਂ ਜੋਕ ਪ੍ਰਾਣੇ ਇੱਧਰ ਉੱਧਰ ਚਲਾਈ ਜਾ ਰਹੇ ਹੋ ਜੀ ਹੁਣ ਆਪਾਂ ਉਰੇ ਆਪਾਂ ਜਿਵੇਂ ਬਾਹਰ ਵੀ ਰਹਿੰਦੇ ਆ ਹੁਣ ਆਪਾਂ ਮੂਵੀ ਦੇਖਣ ਜਾਂਦੇ ਆ ਫੈਮਿਲੀ ਨੂੰ ਬੱਚਿਆਂ ਨੂੰ ਲੈ ਕੇ ਜਾਂਦੇ ਆ ਹੁਣ ਮੈਨੂੰ ਨਹੀਂ ਲੱਗਦਾ ਵੀ ਆਪਾਂ ਜਾ ਸਕਦੇ ਹੋਵਾਂਗੇ ਕਿਉਂਕਿ ਹੁਣ ਆਪਾਂ ਦੇਖੀ ਤਾਂ ਪਹਿਲਾਂ ਪੁੱਛੀ ਤਾਂ ਕਿਨਾਂ ਨੂੰ ਵੀ ਇਹ ਮੂਵੀ ਫੈਮਿਲੀ ਦੇ ਦੇਖਣ ਯੋਗ ਹੈ ਕਿਉਂਕਿ ਹੁਣ ਕਮੇਡੀ ਵਾਲੀ ਦੇਖੋ ਆਪਾਂ ਹਰੇਕ ਨੂੰ ਜਿੰਨੇ ਵੀ ਡਾਇਰੈਕਟਰ ਨੇ ਜਿੰਨੇ ਵੀ ਐਕਟਰ ਨੇ ਬਹੁਤ ਵਧੀਆ ਇੰਡਸਟਰੀ 'ਚ ਕੰਮ ਕਰ ਰਹੇ ਨੇ ਬਹੁਤ ਵਧੀਆ ਮੂਵੀਆਂ ਚੱਲ ਰਹੀਆਂ ਨੇ ਪੰਜਾਬੀ ਮੂਵੀਆਂ ਦਾ ਮਿਆਰ ਬਹੁਤ ਉੱਚਾ ਹੋ ਚੁੱਕਿਆ ਹੈ ਪਰ ਨਾਲ ਦੀ ਨਾਲ ਮੈਂ ਵੀ ਰਿਕਵੈਸਟ ਵੀ ਕਰਾਂਗਾ ਸਾਰਿਆਂ ਨੂੰ ਵੀ ਆਪਾਂ ਆਪਣਾ ਇਤਿਹਾਸ ਯਾਦ ਰੱਖ ਕੇ ਜੀ ਬੇਸ਼ੱਕ ਪੈਸੇ ਦੀ ਲੋੜ ਆ ਸਭ ਨੂੰ ਕਮਰਸ਼ੀਅਲ ਮੂਵੀ ਆਉਣੀਆਂ ਚਾਹੀਦੀਆਂ ਨੇ ਪਰ ਜੇ ਤੁਸੀਂ 10 ਮੂਵੀਆਂ ਬਣਾਉਨੇ ਹੋ ਸਾਲ 'ਚ ਜੇ ਤੁਸੀਂ 2 ਮੂਵੀਆਂ ਇਤਿਹਾਸ ਨਾਲ ਬਣਾ ਲੋਗੇ ਤਾਂ ਆਪਣੇ ਇਤਿਹਾਸ ਵੀ ਆਪਣਾ ਉਹਨਾਂ ਜਿੰਨਾ ਰਿਚੇ ਆਪਣਾ ਸੱਭਿਆਚਾਰ ਇਹਨਾਂ ਰਿਚੇ ਆ ਉਹਦੇ ਬਾਰੇ ਵੀ ਆਪਣੇ ਬੱਚਿਆਂ ਨੂੰ ਜਿੱਥੇ ਵੀ ਰਹਿੰਦੇ ਆ ਚਾਹੇ ਅਮਰੀਕਾ ਇੰਗਲੈਂਡ ਰਹਿੰਦੇ ਇੰਡੀਆ ਉਹਨਾਂ ਨੂੰ ਪਤਾ ਲੱਗੇਗਾ ਜੀ ਸੋ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਬੇਨਤੀ ਕਰਾਂਗੇ ਵੀ ਪਲੀਜ਼ ਤੁਸੀਂ ਸਰਾਭੇ ਆਂਗੂ ਸਾਡੇ ਕੋਲੇ ਕਰਤਾਰ ਸਿੰਘ ਸਰਾਭਾ ਤਾਂ ਯੋਧਾ ਹੈ ਸਾਡਾ ਭਗਤ ਸਿੰਘ ਉਦਮ ਸਿੰਘ ਹੈਗੇ ਆ ਪਰ ਨਾਲ ਦੀ ਨਾਲ ਸਾਡੇ ਕੋਲੇ ਜੀ ਹਰੀ ਸਿੰਘ ਨਲਵਾ ਬੰਦਾ ਸਿੰਘ ਬਹਾਦਰ ਮਦਨ لال ਢੀਂਗਰਾ ਬਹੁਤ ਯੋਧੇ ਨੇ ਜਿਹੜੇ ਕਿ ਨਹੀਂ ਕਿਸੇ ਨੂੰ ਪਤਾ ਜੀ ਆਪਾਂ ਨੂੰ ਪਤਾ ਕੋ ਕਿ ਆਪਾਂ ਪੜ੍ਹੇ ਆਇਆ ਪਰ ਆਉਣ ਵਾਲੀ ਜਨਰੇਸ਼ਨ ਨੂੰ ਆਪਾਂ ਜਰੂਰ ਦੱਸਾਂਗੇ ਆਪਣੀ ਮਾਂ ਬੋਲੀ ਬਾਰੇ ਆਪਾਂ ਦੱਸਦੇ ਆ ਆਪਣੇ ਪੰਜਾਬ ਬਾਰੇ ਦੱਸਦੇ ਆ ਆਪਾਂ ਆਪਣੇ ਦੇਸ਼ ਬਾਰੇ ਦੱਸਦੇ ਆ ਨਾਲ ਦੀ ਨਾਲ ਯੋਧਿਆਂ ਵੀ ਰੱਖੀਏ ਕਿਉਂਕਿ ਸਾਨੂੰ ਫਿਕਰ ਹੋਣਾ ਸਾਹੀ ਦਾ ਸਾਡੇ ਆਉਣ ਵਾਲੇ ਫਿਊਚਰ ਦਾ 100 ਸਾਲ ਅੱਗੇ ਕੀ ਹੋਣਾ ਜੀ ਜੇ ਅਸੀਂ ਕੁਛ ਨਾ ਕੁਛ ਐਸੇ ਜਿਹਾ ਕੁਛ ਕਰਕੇ ਜਾਵਾਂਗੇ ਤਾਂ ਬੱਚੇ ਸਾਡੇ ਯਾਦ ਰੱਖਣਗੇ ਤੇ ਉਹ ਵੀ ਅੱਗੇ ਲੈ ਕੇ ਜਾਣਗੇ ਬਿਲਕੁਲ ਜੀ ਕਿਉਂਕਿ ਕਈ ਵਾਰ ਇਹ ਹੁੰਦਾ ਕਿ ਕਿਤਾਬ ਤੋਂ ਥੋੜਾ ਬਚਦੇ ਹਾਂ ਲੋਕ ਵੀ ਕਿਤਾਬਾਂ ਪੜ੍ਹਨੀਆਂ ਕਈ ਵਾਰ ਅਗਲੀ ਜਨਰੇਸ਼ਨ ਨੂੰ ਹੋਣ ਵੈਸੇ ਵੀ ਬਹੁਤ ਜ਼ਿਆਦਾ ਮੋਬਾਈਲ ਦਾ ਜੋਗਿਆ ਤੇ ਇਹ ਤੋਂ ਭਾਈਦੇ ਆ ਪਰ ਫਿਲਮ ਇੱਕ ਇਹੋ ਜਿਹਾ ਜਰੀਆ ਹੈ ਜਿਹਦੇ ਵਿੱਚ ਤੁਸੀਂ ਇੱਕ ਥੋੜੇ ਸਮੇਂ ਦੇ ਵਿੱਚ ਚਾਹੇ ਕਿਸੇ ਵੀ ਤਰੀਕੇ ਕਹਿ ਲਓ ਵੀ ਕਿਤਾਬ ਨਾਲੋਂ ਥੋੜਾ ਦਿਲਚਸਪ ਹੋ ਜਾਂਦਾ ਕਿ ਤੁਹਾਡੇ ਸਾਹਮਣੇ ਦ੍ਰਿਸ਼ ਹੁੰਦੇ ਆ ਚੀਜ਼ਾਂ ਚੱਲ ਰਹੀਆਂ ਨੇ ਇੱਕ ਫਿਲਮ ਕਹਾਣੀ ਚੱਲ ਰਹੀ ਆ ਤੇ ਜ਼ਿਆਦਾ ਕੁਝ ਥੋੜਾ ਦਿਲਚਸਪੀ ਵੀ ਹੁੰਦੀ ਆ ਸੋ ਮੈਨੂੰ ਲੱਗਦਾ ਕਿ ਆਉਣ ਵਾਲੀ ਜਨਰੇਸ਼ਨ ਲਈ ਇਹੋ ਜਿਹੀਆਂ ਫਿਲਮਾਂ ਬਹੁਤ ਜ਼ਰੂਰੀ ਨੇ ਪਰ ਅ ਬਸ਼ਰਤੇ ਇਹ ਆ ਕਿ ਇੱਕ ਸਹੀ ਇਤਿਹਾਸ ਉਹਨਾਂ ਵਿੱਚ ਭਰੋਸਿਆ ਗਿਆ ਹੋਵੇ ਸੋ ਤੁਹਾਨੂੰ ਕਿੰਨੀ ਤਸੱਲੀ ਆ ਤੁਸੀਂ ਤਾਂ ਫਿਲਮ ਦੇਖੀ ਹੋਣੀ ਆ ਅਸੀਂ ਤਿੰਨ ਤਰੀਕ ਤੋਂ ਦੇਖਾਂਗੇ ਸੋ ਕਵੀ ਰਾਜ ਹੁਣਾਂ ਨੇ ਫਿਲਮ ਬਣਾਈਆਂ ਕਿੰਨੀ ਤਸੱਲੀ ਆ ਵੀ ਫਿਲਮ ਸਹੀ ਬਣੀ ਆ ਤੇ ਇਹ ਪੂਰੇ ਤੱਥ ਜਿਹੜੇ ਸਹੀ ਨੇ ਦੇਖੋ ਜੀ 100% ਫਿਲਮ ਸਹੀ ਬਣੀ ਆ ਜੀ ਸਾਰੇ ਤੱਥ ਸਹੀ ਰੱਖੇ ਗਏ ਆ ਜੀ ਜਿੱਥੇ ਜਿੱਥੇ ਜੋ-ਜੋ ਸਰਾਬੇ ਨੇ ਕਰਿਆ ਜੋ-ਜੋ ਗਦਰ ਪਾਰਟੀ ਨੇ ਕਰਿਆ ਜੋ ਜੋ ਗਦਰ ਲਹਿਰ ਹੋਈ ਕਿਵੇਂ ਕਿਵੇਂ ਹੋਈ ਕਿਵੇਂ ਸਟਾਰਟ ਹੋਈ ਕਿਹੜੇ ਸ਼ਹਿਰ ਤੋਂ ਸਟਾਰਟ ਹੋਈ ਕਿੱਥੋਂ ਕਿੱਥੋਂ ਅਮਰੀਕਾ ਤੋਂ ਕੈਨੇਡਾ ਤੋਂ ਹੁੰਦੀ ਹੋਈ ਕਿਹੜੀ ਬੰਦਰਗਾਹ ਤੋਂ ਪੰਜਾਬ ਪਹੁੰਚੀ ਤੇ ਕੀ ਕੀ ਕਰਿਆ ਉਹ ਐਜ਼ ਇਟ ਇਜ਼ ਦਿਖਾਇਆ ਗਿਆ ਜੀ ਸਾਰੀਆਂ ਬੁੱਕਾਂ ਪੜ੍ਹ ਕੇ ਦਿਖਾਇਆ ਗਿਆ ਸਾਰਿਆਂ ਤੋਂ ਸੁਣ ਕੇ ਜਿੱਥੋਂ-ਜਿੱਥੋਂ ਵੀ ਹਿਸਟਰੀ ਬੰਦੇ ਨੂੰ ਜਿਹੜੇ ਨੂੰ ਵੀ ਪਤਾ ਸੀ ਗਦਰ ਲਹਿਰ ਬਾਰੇ ਜਾਂ ਜਿੱਥੋਂ-ਜਿੱਥੋਂ ਮੈਂ ਸੁਣਿਆ ਜਿੱਥੋਂ-ਜਿੱਥੋਂ ਸਾਡੇ ਡਾਇਰੈਕਟਰ ਸਾਹਿਬ ਕਵੀ ਰਾਜ ਜੀ ਨੇ ਸੁਣਿਆ ਕੈਲੀਫੋਰਨੀਆ ਤੋਂ ਕਿਉਂਕਿ ਤੁਹਾਨੂੰ ਤੇ ਪਤਾ ਮੋਸਟਲੀ ਗਦਰ ਲਹਿਰ ਆਪਣੇ ਵੈਸਟਰਨ ਕੈਨੇਡਾ ਅਮਰੀਕਾ ਤੋਂ ਸਟਾਰਟ ਹੋਈ ਆ ਜੀ ਸਾਊਥ ਤੋਂ ਲਾ ਲੋ ਕੈਲੀਫੋਰਨੀਆ 오ਰੇਗਨ ਵਸ਼ਿੰਗਟਨ ਬੇਸੀ ਤੋਂ ਹੋਈ ਆ ਜੀ ਤੇ ਉਹ ਜਿਵੇਂ-ਜਿਵੇਂ ਹੋਇਆ ਜੀ ਉਦਾਂ-ਉਦਾਂ ਐਜ਼ ਇਟ ਇਜ਼ ਦਿਖਾਇਆ ਜਾ ਰਿਹਾ ਆ ਤੇ ਜਦੋਂ ਦਰਸ਼ਕ ਦੇਖਣਗੇ ਤਾਂ 100% ਉਹਨਾਂ ਨੂੰ ਪਤਾ ਲੱਗੇਗਾ ਜੀ ਗੱਲ ਇਹ ਹੁੰਦੀ ਜੀ ਜਦੋਂ ਦੂਜੀ ਮੂਵੀ ਬਣਾਉਣੀ ਆ ਉਹਦੇ ਵਿੱਚ ਆਪਾਂ ਜੋ ਮਰਜੀ ਕੁਛ ਕਰ ਦਈਏ ਆਪਾਂ ਨੇ ਹੱਸਣਾ ਦੇਖਣਾ ਜਿੱਦਾਂ ਦੀ ਮੂਵੀ ਆ ਜਾਂ ਕੋਈ ਵਿਸ਼ੇ ਤੇ ਆ ਦੇਖ ਕੇ ਆ ਜਾਈਦਾ ਜਦੋਂ ਹਿਸਟਰੀ ਵਾਲੀ ਹਿਸਟੋਰੀਕਲ ਮੂਵੀ ਬਣਾਉਣੀ ਹੋਵੇ ਤਾਂ ਤੁਹਾਨੂੰ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪੈਂਦਾ ਜੀ ਵੀ ਤਾਂ ਕਿ ਕੋਈ ਚੀਜ਼ ਇੱਧਰ ਉੱਧਰ ਨਾ ਹੋ ਜੇ ਜੋ ਬੰਦੇ ਨੇ ਇਹ ਕੈਰੀਅਰ ਕਿਤੇ ਤੋੜ ਮਰੋੜ ਨਾ ਹੋ ਜੇ ਕਿਉਂਕਿ ਹੁਣ ਤੁਹਾਨੂੰ ਪਤਾ ਕਮਰਸ਼ੀਅਲ ਕਰਨ ਕਰਕੇ ਬੰਦੇ ਕਈ ਚੀਜ਼ ਕਮਰਸ਼ੀਅਲ ਐਡ ਕਰ ਦਿੰਦੇ ਆ ਪਰ ਤੁਸੀਂ ਯਕੀਨ ਕਰਿਓ ਵੀ ਇਹ ਸਰਾਬਾ ਮੂਵੀ ਐਸ ਜੀ ਆ ਜੀ ਇਹਦੇ ਵਿੱਚ ਕਮਰਸ਼ੀਅਲ ਐਡ ਕਰਨ ਦੀ ਕੋਈ ਲੋੜ ਹੀ ਉਹ ਕਈ ਵਾਰ ਉਹ ਫੇਰ ਕਹਿ ਦਿੰਦੇ ਆ ਕਹਿੰਦੇ ਜੀ ਫਿਲਮ ਦੀ ਲੋੜ ਸੀ ਅਸੀਂ ਕੋਈ ਵਿੱਚ ਰੋਮਾਂਸ ਐਡ ਕਰਤਾ ਜਾਂ ਹੋਰ ਚੀਜ਼ ਐਡ ਕਰਤੀ ਇਹ ਚ ਕੁਛ ਏਦਾਂ ਦਾ ਨਹੀਂ ਕਿ ਵੀ 100% ਹਿਸਟਰੀ ਆ 100% ਹਿਸਟਰੀ ਆ ਜੀ ਫਿਲਮ ਦੇ ਵਿੱਚ ਰੋਮਾਂਸ ਨਾਲ ਭਰੀ ਹੋਈ ਆ ਜੀ ਮੂਵੀ ਜੀ ਇੰਨਾ ਜ਼ਿਆਦਾ ਰੋਮਾਂਸ ਆ ਜੀ ਮੂਵੀ ਦੇ ਵਿੱਚ ਭਰੀ ਪਈ ਆ ਰੋਮਾਂਸ ਕਾਦੇ ਨਾਲ ਆ ਜੀ ਦੇਸ਼ ਨਾਲ ਆਜ਼ਾਦੀ ਨਾਲ ਰੋਮਾਂਸ ਜੀ ਕਰਤਾਰ ਸਿੰਘ ਸਰਾਭਾ ਜੀ ਸਾਨੂੰ ਜੀ ਉਹ ਯੋਧੇ ਭਗਤ ਸਿੰਘ ਉਦਮ ਸਿੰਘ ਇੰਨਾ ਕੁਝ ਦੇ ਗਏ ਆ ਜਿਵੇਂ ਆਪਾਂ ਗੱਲ ਕਰਦੇ ਆਂ ਵੀ ਫਿਲਮਾਂ ਦੇ ਵਿੱਚ ਮਸਾਲਾ ਪਾ ਦ ਸਾਨੂੰ ਮਸਾਲੇ ਪਾਉਣ ਦੀ ਲੋੜ ਹੀ ਨਹੀਂ ਜੀ ਉਹ ਮਸਾਲਾ ਆਪ ਹੀ ਇੰਨਾ ਕ੍ਰੀਏਟ ਕਰ ਗਏ ਜੀ ਦਰਸ਼ਕ ਮੂਵੀ ਦੇਖਣਗੇ ਜਾਂ ਉਹਨਾਂ ਨੇ ਟ੍ਰੇਲਰ ਦੇਖਿਆ ਹੋਣਾ ਤਾਂ ਉਹਨਾਂ ਨੂੰ ਪਤਾ ਲੱਗੂ ਵੀ ਕਿੰਨੀਆਂ ਕਿੰਨੀਆਂ ਚੀਜ਼ਾਂ ਉਹ ਰੀਅਲ ਕਰਕੇ ਮਸਾਲਾ ਤੇ ਤਾਂ ਪਾਇਆ ਜਾਂਦਾ ਨਾ ਜੇ ਆਪਾਂ ਨੂੰ ਲੱਗੇ ਵੀ ਆਪਣੀਆਂ ਕਹਾਣੀ ਆ ਯਾਰ ਸਟਰੋਂਗ ਕਰੀਏ ਆ ਪਾ ਦੀਏ ਉਹ ਪਾ ਦੀਏ ਉਹ ਤਾਂ ਆਪ ਹੀ ਬਹੁਤ ਚੀਜ਼ਾਂ ਦੇ ਗਏ ਜੀ ਆਪਾਂ ਨੂੰ ਜੀ ਬੋਤਲ ਚ ਇੱਕ ਦਿਲਚਸਪ ਜਿਹੜੀ ਉਹ ਸਖਸ਼ੀਸ ਜਿਹੀ ਸਰਾਬਾ ਹੋਣੀ ਕਿਉਂਕਿ ਉਡਣਾ ਸੱਪ ਜਿਵੇਂ ਕਹਿੰਦੇ ਸੀ ਉਡਣਾ ਸੱਪ ਕਹਿੰਦੇ ਸੀ ਉਹਨਾਂ ਨੂੰ ਤੇਜ਼ ਤੇਜ਼ ਬਹੁਤ ਸੀ ਬਿਲਕੁਲ ਜੀ ਜੀ ਸੋ ਉਡਣਾ ਸੱਪ ਕਹਿੰਦੇ ਸੀ ਜੀ ਬਿਲਕੁਲ ਵੀਰ ਜੀ ਤੁਹਾਨੂੰ ਪਤਾ ਵੀ ਦੇਖੋ ਕਰਤਾਰ ਸਿੰਘ ਸਰਾਬੇ ਨੇ ਪਹਿਲਾ ਗਦਰ ਲਹਿਰ ਦਾ ਖ਼ਬਰ ਪ੍ਰਿੰਟ ਕਰਿਆ ਜੀ ਆਪਦੇ ਹੱਥੀ ਪ੍ਰਿੰਟਿੰਗ ਪ੍ਰੈਸ ਚ ਲਾਈ ਜੀ ਕੈਲੀਫੋਰਨੀਆ ਦੇ ਵਿੱਚ ਸਟਾਕਟਨ ਉੱਥੇ ਉਹਨਾਂ ਦੀ ਪ੍ਰਿੰਟਿੰਗ ਪ੍ਰੈਸ ਵੀ ਪਈ ਆ ਜੀ 1912 13 ਦੀ ਗੱਲ 1912 ਦੀ ਗੱਲ ਜੀ ਕਿਉਂਕਿ ਕਰਤਾਰ ਸਿੰਘ ਸਰਾਭਾ 1912 ਦੇ ਵਿੱਚ ਐਰੋਨੈਟਿਕਲ ਇੰਜੀਨੀਅਰਿੰਗ ਕਰਨ ਆਇਆ ਸੀ ਜੀ ਵਰਕਲੈਜ ਯੂਨੀਵਰਸਿਟੀ ਕੈਲੀਫੋਰਨੀਆ ਜੀ ਤੇ ਫਿਰ ਇੱਕ ਤਾਂ ਉਹਨਾਂ ਨੇ ਪਹਿਲਾ ਪੱਤਰਕਾਰ ਸੀ ਜੀ ਉਹ ਫਿਰ 19 ਸਾਲ ਦੀ ਉਮਰ ਦੇ ਵਿੱਚ ਉਹਨੇ ਪਾਇਲਟ ਦਾ ਲਾਇਸੈਂਸ ਲਿਆ ਜੀ ਉਹਨੇ ਇਹ ਵੀ ਸਿੱਖਿਆ ਵੀ ਜਹਾਜ਼ ਉਡਾਉਣਾ ਕਿਵੇਂ ਆ ਤੇ ਜਹਾਜ਼ ਬਣਾਉਣਾ ਕਿਵੇਂ ਆ ਜੀ ਤੇ ਹੋਰ ਵੀ ਜੋ ਕੁਝ ਕਰਿਆ ਉਡਣਾ ਸੱਪ ਕਹਿੰਦੇ ਸੀ ਬਹੁਤ ਫਰਤੀਲਾ ਸੀ ਬਹੁਤ ਯੁਸ਼ੀਲਾ ਸੀ ਜੀ ਕਰਤਾਰ ਸਿੰਘ ਸਰਾਭਾ ਤੇ ਬਾਕੀ ਦਰਸ਼ਕ ਮੂਵੀ 'ਚ ਦੇਖਣਗੇ ਤਾਂ ਸਾਰੀ ਹਿਸਟਰੀ ਬਾਰੇ ਪਤਾ ਲੱਗੇਗਾ ਜੀ ਜੀ ਚਲੋ ਕਤਪਾ ਕੋ ਗੇਰਾ ਤੋਂ ਤਾਂ ਲੋਕ ਪੜਦੇ ਨੇ ਜਿਹੜੇ ਦੂਰ ਦੇ ਹੁੰਦੇ ਨੇ ਤੋ ਤੁਸੀਂ ਤਾਂ ਤੁਸੀਂ ਦੱਸਿਆ ਕਿ ਤੁਹਾਡੇ ਪਿੰਡਾਂ ਚੋਂ ਆ ਤੁਹਾਡਾ ਘਰ ਵੀ ਨੇੜੇ ਸੀ ਉਹਨਾਂ ਦਾ ਘਰ ਵੀ ਤੁਸੀਂ ਉਹ ਦਿਖਾਇਆ ਮੈਨੂੰ ਪੁਰਾਣੀਆਂ ਤਸਵੀਰਾਂ ਉਹਨਾਂ ਦੀ ਬਜ਼ੁਰਗ ਕਿਹੋ ਜਿਹੀਆਂ ਗੱਲਾਂ ਦੱਸਦੇ ਹੁੰਦੇ ਸੀ ਤੋਂ ਮਾਰੇ ਜਿਹੜੇ ਤੋ ਜਿਨ੍ਹਾਂ ਨੇ ਅੱਖੀ ਦੇਖਿਆ ਉਹਨਾਂ ਬਜ਼ੁਰਗ ਜੀ ਇਹੀ ਗੱਲਾਂ ਦੱਸਦੇ ਸੀ ਜੀ ਜਿੱਦਾਂ ਕਿ ਮੇਰੇ ਦਾਦਾ ਜੀ ਕੈਪਟਨ ਰਿਟਾਇਰ ਸੀਗੇ ਜੀ ਇੰਡੀਅਨ ਆਰਮੀ ਦੇ ਵਿੱਚ ਉਹਨਾਂ ਨੇ ਇੰਡੀਆ ਸਾਰਾ ਘੁੰਮ ਕੇ ਦੇਖਿਆ ਸੀ ਆਰਮੀ 'ਚ ਪਲੱਸ ਸਰਾਬੇ ਦੇ ਵਿੱਚ ਸਾਰਾ ਕੁਝ ਦੇਖਿਆ ਸੀ ਦੱਸਿਆ ਮੈਨੂੰ ਈਵਨ ਪਰਦਾਦਾ ਜੀ ਸਾਡੇ ਹੁੰਦੇ ਸੀਗੇ ਜੀ ਉਹਨਾਂ ਨੇ ਵੀ ਦੱਸ ਸਿਰਫ ਐਂ ਸਿਰਫ ਸਰਾਬੇ ਦੀ ਹੁੰਦੀ ਸੀ ਕਿਤੇ ਵੀ ਕਿਤੇ ਬਹਿਣਾ ਜੋ ਵੀ ਗੱਲਾਂ ਬਾਤਾਂ ਚੱਲ ਰਹੀਆਂ ਜਿੱਥੋਂ ਵੀ ਸੁਣਨਾ ਕਿਸੇ ਨੇ ਆਉਣ ਆਈ ਵਨ ਆਪਣੇ ਰਿਸ਼ਤੇਦਾਰ ਆਉਂਦੇ ਨੇ ਜੋ ਵੀ ਆਉਂਦਾ ਵਾ ਸਰਾਬੇ ਦੀ ਗੱਲ ਚੱਲਦੀ ਸੀ ਆਧਾਰਨ ਬੰਦਾ ਸਰਾਬੇ ਹੀ ਦਿੰਦਾ ਸੀ ਦੇਖੋ ਸਰਾਬਾ ਕਿੰਨਾ ਫਰਤੀਲਾ ਸੀ ਪੜ੍ਹਾਈ ਨੂੰ ਕਿੰਨਾ ਤੇਜ਼ ਸੀ ਆਹ ਕੰਮ ਨੂੰ ਤੇਜ਼ ਸੀ ਆ ਸਰਾਬੇ ਅਰਗੇ ਬਣੋ ਕੁਛ ਨਾ ਕੁਛ ਇਹੋ ਜਿਹਾ ਕੰਮ ਕਰੋ ਬਸ ਸਰਬਾ ਸਰਬਾ ਹੀ ਸੁਣਦੇ ਆਏ ਆ ਜਿਸ ਮੇਸ਼ਾ ਤੁਸੀਂ ਦੱਸਿਆ ਕਿ ਕਾਫੀ ਜ਼ਾਇਦਾ ਜ਼ਮੀਨ ਸੀ ਉਹਨਾਂ ਦੀ ਉਹਨਾਂ ਸਮੇਂ ਆਚ ਹਾਂਜੀ ਉਹਨਾਂ ਦੀ ਬਿਲਕੁਲ ਜੀ 114 ਏਕੜ ਜ਼ਮੀਨ ਸੀਗੀ ਜੀ ਬਹੁਤ ਹੀ ਰਿਚ ਫੈਮਿਲੀ ਨੂੰ ਬਿਲੋਂਗ ਕਰਦਾ ਸੀ ਕਰਤਾਰ ਸਿੰਘ ਸਰਾਬਾ ਤੇ ਕੱਲਾ ਕੱਲਾ ਭਰਾ ਸੀਗਾ ਜੀ ਪੇਰੈਂਟਸ ਦੀ ਡੈਥ ਥੋੜੀ अर्ਲੀ ਹੋ ਗਈ ਸੀ ਛੋਟੇ ਹੁੰਦੇ ਸੀ ਉਹ ਫਿਰ ਉਹਨਾਂ ਦਾ ਪਾਲਣ ਪੋਸਣ ਉਹਨਾਂ ਦੇ ਦਾਦਾ ਜੀ ਬਦਨ ਸਿੰਘ ਨੇ ਕਰਿਆ ਸੀ ਜੀ ਪਹਿਲਾਂ ਉਹਨਾਂ ਨੂੰ ਪਿੰਡ ਪੜ੍ਹੇ ਜੀ ਉਹ ਫਿਰ ਥੋੜਾ ਟਾਈਮ ਲੁਧਿਆਣੇ ਪੜ੍ਹੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਦੇ ਚਾਚਾ ਜੀ ਤਾਇਆ ਜੀ ਉਹਨਾਂ ਦੀ ਉੜੀਸਾ ਦੇ ਵਿੱਚ ਟਰਾਂਸਪੋਰਟ ਹੁੰਦੀ ਸੀ ਜੀ ਫਿਰ ਉਹ ਉੜੀਸਾ ਚਲੇ ਕਰਤਾਰ ਸਿੰਘ ਸਰਾਬਾ ਬਾਬਾ ਬਦਲ ਸਿੰਘ ਜੀ ਨਾਲ ਦਾਦਾ ਜੀ ਨਾਲ ਉਹਨਾਂ ਦੇ ਸਲਾਹ ਖਰੀ ਵੀ ਇਹ ਬਹੁਤ ਤੇਜ ਆ ਮੁੰਡਾ ਬਹੁਤ ਹੀ ਫਰਤੀਲਾ ਮੁੰਡਾ ਆ ਜੀ ਇਹਨੂੰ ਆਪਾਂ ਫੋਰਨ ਕੰਟਰੀ ਚ ਕਿਤੇ ਪੜਨ ਭੇਜੀਏ ਫਿਰ ਸਾਡੇ ਪਿੰਡ ਦੇ ਜੀ ਰੁਲੀਆ ਸਿੰਘ ਸੀਗੇ ਜੀ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਫਿਰ ਕਰਤਾਰ ਸਿੰਘ ਸਰਾਬੇ ਨੂੰ 1912 ਚ ਉੱਥੇ ਭੇਜਿਆ ਗਿਆ ਜੀ ਪੜ੍ਹਾਈ ਕਰਨ ਜੀ ਹਾਂਜੀ ਸੋ ਕਾਫੀ ਜਿਹੜੀਆਂ ਚੀਜ਼ਾਂ ਤੁਹਾਨੂੰ ਕੁਝ ਨਵੀਆਂ ਪਤਾ ਲੱਗਣਗੀਆਂ ਮੈਂ ਇੱਕ ਬੀਬੀਸੀ ਦਾ ਆਰਟੀਕਲ ਪੜ੍ਹ ਰਿਆ ਸੀਗਾ ਪਹਿਲੀ ਗੱਲ ਜਿਹੜੀ ਤਾਂ ਨੇ ਕੀਤੀ ਆ ਕਿ 114 ਏਕੜ ਅ ਜਮੀਨ ਦਾ ਜਿਹੜਾ ਮਾਲਕ ਸੀਗਾ ਵਾਰਸ ਸੀਗਾ ਉਹ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਜਾਂਦਾ ਉਹਨੂੰ ਫਾਸੀ ਹੋ ਜਾਂਦੀ ਹੈ ਸਭ ਕੁਝ ਛੱਡ ਛੜਾ ਕੇ ਔਰ ਉੱਥੇ ਇੱਕ ਇਹ ਵੀ ਵਾਕਿਆ ਸੀਗਾ ਬੀਬੀਸੀ ਦੀ ਰਿਪੋਰਟ ਦੇ ਵਿੱਚ ਮੇਰੇ ਖਿਆਲ ਨਾਲ ਮੈਂ ਆਰਟੀਕਲ ਚ ਪੜ੍ਹਿਆ ਸੀਗਾ ਕਿ ਜੱਜ ਨੇ ਉਹਨਾਂ ਨੂੰ ਕਿਹਾ ਸੀ ਕਿ ਤੇਰੀ ਉਮਰ ਘਟਿਆ ਤੇਰੀ ਮਾਫ ਸਜ਼ਾ ਮਾਫ ਹੋ ਸਕਦੀ ਆ ਪਰ ਉਹਨਾਂ ਨੇ ਕਿਹਾ ਕਿ ਜੇ ਮੈਂ ਮਾਫ ਨਹੀਂ ਕਰਾਉਣੀ ਮੈਂ ਸ਼ਹੀਦ ਹੋ ਕੇ ਦੁਬਾਰਾ ਫਿਰ ਆ ਕੇ ਇਸੇ ਕੌਸਲ ਲੜਾਂਗਾ ਜਿਹੜੇ ਕੌਸਲ ਉਹ ਸ਼ਹੀਦ ਹੋਏ ਆ ਸੋ ਮੈਨੂੰ ਲੱਗਾ ਕਿ ਇਸ ਤੋਂ ਜ਼ਿਆਦਾ ਪ੍ਰੇਰਣਾ ਵਾਲੀ ਕਹਾਣੀ ਨਹੀਂ ਹੋ ਸਕਦੀ। ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਕਿਹਾ ਬਿਰਜੀ ਤੁਸੀਂ ਐਕਚੁਅਲੀ ਇਹ ਗੱਲ ਹੋਈ ਵੀ ਆ ਜੀ ਕਿਉਂਕਿ ਜਦੋਂ ਕਰਤਾਰ ਸਿੰਘ 19 ਸਾਲ ਦਾ ਸੀ ਜੀ ਜਦੋਂ ਬ੍ਰਿਟਿਸ਼ ਰਾਜ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਲੈ ਕੇ ਗਏ ਉਹਨਾਂ ਦੀ ਤਰੀਖ ਪਈ ਗੱਲਬਾਤ ਹੋਈ ਬਈ ਤੂੰ 19 ਸਾਲ ਦਾ ਆ ਮੁੰਡਾ ਬਈ ਤੂੰ ਇਹ ਕਹਦੇ ਸੌਰੀ ਮੰਗਲਾ ਮਾਫੀ ਮੰਗਲਾ ਤੂੰ ਆਪਣਾ ਅਮਰੀਕਾ ਜਾ ਜਾ ਕੇ ਪੜ੍ਹ ਜੀ ਤੇ ਉਹਨੇ ਕਿਹਾ ਵੀ ਨਹੀਂ ਉਹ ਕਹਿੰਦੇ ਨਹੀਂ ਤੈਨੂੰ ਫਾਂਸੀ ਤੋਂ ਮਾਫ ਕਰ ਦਿੰਦੇ ਆ ਉਹ ਕਹਿੰਦਾ ਵੀ ਨਹੀਂ ਤੁਸੀਂ ਮੈਨੂੰ ਫਾਂਸੀ ਚਾੜੋ ਜੀ ਜੇ ਤੁਸੀਂ ਮੈਨੂੰ ਫਾਂਸੀ ਚਾੜਾਉਂਗੇ ਘਰ ਘਰ ਕਰਤ ਕਿਉਂਕਿ ਉਹ ਕਹਿੰਦਾ ਮੈਂ ਤੇ ਹੁਣ ਇੰਨਾ ਜ਼ੋਰ ਲਾ ਕੇ ਅਸੀਂ ਗਦਰ ਲਹਿਰ ਲੈ ਕੇ ਆਏ ਆ ਗਦਰ ਪਾਰਟੀ ਆ ਸਾਡੀ ਸਾਰਿਆਂ ਨੂੰ ਇਕੱਠਾ ਕਰਿਆ ਸੀ ਅਮਰੀਕਾ ਤੋਂ ਕੈਨੇਡਾ ਤੋਂ ਤੁਸੀਂ ਸੁਣਿਆ ਹੋਣਾ ਮੂਵੀ ਦਾ ਸੌਂਗ ਚੱਲ ਰਿਹਾ ਆਲਰੇਡੀ ਚਲੋ ਚੱਲੀਏ ਦੇਸ਼ ਨੂੰ ਦੇਸ਼ ਮੰਗਤਾ ਹੈ ਕੁਰਬਾਨੀ ਆ ਦੇਸ਼ ਨੂੰ ਚੱਲੀਏ ਆਜ਼ਾਦ ਕਰਾਈਏ ਵੀ ਜੇ ਮੈਂ ਹੀ ਪਿੱਛੇ हट ਗਿਆ ਮੈਂ ਹੀ ਸੌਰੀ ਕਹਿਤੀ ਮਾਫੀ ਮੰਗ ਲਈ ਤਾਂ ਜਿਹੜੀ ਮੈਂ ਸਾਰੀ ਫੌਜ ਇੰਡੀਆ ਦੀ ਇਕੱਠੀ ਕਰੀ ਆ ਸਾਰੇ ਲੋਕ ਬਾਹਰਲੀ ਕੰਟਰੀ ਤੋਂ ਇਕੱਠੇ ਕਰਕੇ ਲੈ ਕੇ ਆਏ ਆ ਉਹਨਾਂ ਦੇ ਕੀ ਬਿੱਤੇਗੇ ਵੀ ਸਾਡਾ ਮੇਨ ਬੰਦਾ ਤੇ ਪਿੱਛੇ हट ਗਿਆ ਫੇਰ ਅਸੀਂ ਕੀ ਕਰਨਾ ਉਹ ਕਹਿੰਦਾ ਤੁਸੀਂ ਮੈਨੂੰ ਬਹੁਤ ਕਾਲੀ ਆ ਵਾਂਸੀ ਜਾੜੋ ਤਾਂ ਕਿ ਮੈਂ ਦੁਬਾਰਾ ਫੇਰ ਆਵਾਂ ਤੇ ਫਿਰ ਯੋਗਦਾਨ ਪਾਵਾਂ ਦੇਸ਼ ਨੂੰ ਯਾਦ ਕਰਾਉਂ ਜੀ ਬਿਲਕੁਲ ਜੀ ਬਹੁਤ ਪ੍ਰੇਰਣਾ ਬਾਇਕ ਜਿਹੜੀ ਹੈ ਉਹਨਾਂ ਦੀ ਕਹਾਣੀ ਆ ਉਹਨਾਂ ਦੀ ਜੀਵਨੀ ਆ ਕਹਾਣੀ ਤੋਂ ਨਹੀਂ ਕਹਿ ਸਕਦੇ ਪਰ ਤੱਕ ਚੀਜ਼ਾਂ ਹੋਈਆਂ ਨੇ ਸੋ ਅਖੀਰ ਤੇ ਤੁਸੀਂ ਪੰਜਾਬੀਆਂ ਨੂੰ ਫਿਲਮ ਦੇਖਣ ਲਈ ਜਾਂ ਕੀ ਕਹਿਣਾ ਚਾਹੁੰਦੇ ਹੋ ਤੁਹਾਡਾ ਸੁਨੇਹਾ ਅਖੀਰ ਤੇ ਸੁਨੇਹਾ ਵੀਰ ਜੀ ਇਹੀ ਪੰਜਾਬੀਆਂ ਨੂੰ ਸਾਰਿਆਂ ਨੂੰ ਸੁਨੇਹਾ ਵੀ ਅਪੀਲ ਕਰਾਂਗੇ ਜੀ ਜੀ ਬਈ ਤੁਸੀਂ ਕਰਤਾਰ ਸਿੰਘ ਸਰਾਭਾ ਦੀ ਮੂਵੀ ਜੀ ਸਰਾਭੇ ਦੀ ਹਿਸਟਰੀ ਦੇ ਉੱਤੇ ਆ ਰਹੀ ਹੈ 3 ਨਵੰਬਰ ਨੂੰ ਜੀ वर्ल्ड वाइड ਰਿਲੀਜ਼ ਹੋਣੀ ਆ ਤੁਸੀਂ ਆਪਣੇ ਨੇੜੇ ਥੀਏਟਰ ਚ ਚੈੱਕ ਕਰੋ ਤੁਸੀਂ ਸਾਡਾ ਸਰਾਬਾ ਮੂਵੀ ਦਾ ਪੇਜ ਫੋਲੋ ਕਰ ਸਕਦੇ ਹੋ ਉਹਦੇ ਤੇ ਸਾਰੀ ਜਾਣਕਾਰੀ ਸ਼ੇਅਰ ਕਰੀ ਜਾਊਗੀ ਜੀ ਬਈ ਤੁਸੀਂ ਬਾਕੀ ਮੂਵੀਆਂ ਤਾਂ ਦੇਖਦੇ ਆਉਨੇ ਹੋ ਕਰਤਾਰ ਸਿੰਘ ਸਰਾਬਾ ਦੀ ਮੂਵੀ ਵੀ ਜਰੂਰ ਜਾ ਕੇ ਦੇਖੋ ਆਪਣੇ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਗਵਾਂਡੀਆਂ ਨੂੰ ਭੈਣ ਭਰਾਵਾਂ ਨੂੰ ਦੱਸੋ ਕਿਉਂਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਜੀ ਤੁਸੀਂ ਕਿਤੇ ਵੀ ਕੋਈ ਮੈਸੇਜ ਭੇਜ ਸਕਦੇ ਹੋ ਜੇ ਤੁਸੀਂ ਕੋਈ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਇੰਸਟਾਗ੍ਰam ਤੇ ਕੋਈ ਵੀ ਵੀਡੀਓ ਦੇਖਦੇ ਹੋ ਉਹਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਕਿ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਚੀਜ਼ ਦੇ ਵਿੱਚ ਹਿੱਸਾ ਪੈਸੇ ਨਾਲ ਹੀ ਪਾਉਣਾ ਹੁੰਦਾ ਜੀ ਅਸੀਂ ਟਾਈਮ ਨਾਲ ਵੀ ਪਾ ਸਕਦੇ ਆ ਅਸੀਂ ਸ਼ੇਅਰ ਕਰਕੇ ਵੀ ਕਰ ਸਕਦੇ ਆ ਤਾਂ ਕਿ ਆਪਾਂ ਕਰਤਾਰ ਸਿੰਘ ਸਰਾਬੇ ਨੂੰ ਇੱਕ ਸੱਚੀ ਸਲਤਾਨ ਜਲੀ ਦਈਏ ਤਾਂ ਕਿ ਆਪਾਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗੇਗਾ ਸਾਡੇ ਬਜ਼ੁਰਗਾਂ ਨੂੰ ਲੈ ਕੇ ਜਾਓ ਆਪਣੇ ਮਾਪਿਆਂ ਨੂੰ ਨਾਲ ਉਹਨਾਂ ਨੂੰ ਪਤਾ ਲੱਗੇਗਾ ਉਹ ਕਹਿੰਦੇ ਸੀ ਹਾਂ ਵੀ ਸਰਾਬੇ ਬਾਰੇ ਸੁਣਿਆ ਤਾਂ ਹੈ ਸੀ ਅੱਜ ਦੇਖਿਆ ਵੀ ਐਨਾ ਐਨਾ ਕੁਛ ਉਹਨੇ ਕਰਿਆ ਬੱਚਿਆਂ ਨੂੰ ਲੈ ਕੇ ਜਾਣਗੇ ਉਹ ਵੀ ਤੁਹਾਨੂੰ ਪੁੱਛਣਗੇ ਵੀ ਅੱਛਾ ਜੀ ਕਰਤਾਰ ਸਿੰਘ ਸਰਾਬਾ ਇੰਨਾ ਤੇਜ਼ ਸੀ ਇੰਨਾ ਫਰਤੀਲਾ ਸੀ ਅਸੀਂ ਵੀ ਉਹਦੇ ਅਰਗੇ ਬਣੀਏ ਤੇ ਸਾਰਿਆਂ ਨੂੰ ਇਹੀ ਮੈਸੇਜ ਕਰਾਂਗੇ ਵੀ ਤੁਸੀਂ ਬਾਕੀ ਜਿੱਦਾਂ ਮੂਵੀਆਂ ਨੂੰ ਸਪੋਰਟ ਕਰਦੇ ਹੋ ਆਪਣੇ ਇਤਿਹਾਸ ਬਾਰੇ ਵੀ ਜਾਣੋ ਇਤਿਹਾਸ ਬਾਰੇ ਵੀ ਦੇਖੋ ਇਤਿਹਾਸ ਦਿਖਾਓ ਤੇ ਇੱਕ ਤੁਸੀਂ ਵੀ ਹਿਸਟਰੀ ਦਾ ਹਿੱਸਾ ਬਣੋ ਜਿੱਦਾਂ ਕਿ ਕਰਤਾਰ ਸਿੰਘ ਸਰਾਬਾ ਬਾਬਾ ਸੋਹਣ ਸਿੰਘ ਭਕਣਾ ਨੇ ਜੀ ਗਦਰ ਲਹਿਰ ਚਲਾਈ ਆ ਉਸਾਂ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਇੱਕ ਸਰਬਾ ਲਹਿਰ ਚਲਾਉਣ ਦੀ ਤਾਂ ਕਿ ਸਰਬਾ ਲਹਿਰ ਚੱਲੇ ਘਰ ਘਰ ਜਾਵੇ ਘਰ ਘਰ ਪਤਾ ਲੱਗੇ ਮੂਵੀ ਬਾਰੇ ਤਾਂ ਕਿ ਕੱਲ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਹਿਣ ਵੀ ਇੱਕ ਗਦਰ ਲਹਿਰ ਆਈ ਸੀ ਇੱਕ ਸਰਬਾ ਲਹਿਰ ਆਈ ਸੀ ਉਦੋਂ ਸਾਰੇ ਦੇਸ਼ ਵਾਸੀਆਂ ਨੇ ਉਹਦਾ ਹਿੰਮਤ ਨਾਲ ਟਾਈਮ ਕੱਢ ਕੇ ਨਾਲ ਲਹਿਰ ਦਾ ਹਿੱਸਾ ਬਣਿਆ ਇੱਕ ਹਿਸਟਰੀ ਕ੍ਰੀਏਟ ਕਰੀ ਆ ਕਿਉਂਕਿ ਸਰਬਾ ਸਰਬੇ ਦਾ ਨਹੀਂ ਸੀ ਜੀ ਸਰਬਾ ਪੰਜਾਬ ਦਾ ਸੀ ਸਰਬਾ ਦੇਸ਼ ਦਾ ਸੀ ਜੀ ਸੋ ਆਪਾਂ ਦੇਸ਼ਵਾਸੀ ਸਾਰੇ ਕਿਤੇ ਖਿੰਡੇ ਹੋਏ ਆਂ ਵਰਲਡ ਦੇ ਵਿੱਚ ਤੇ ਅਸੀਂ ਪੂਰੀ سپورਟ ਕਰੀਏ ਤਾਂ ਕਿ ਕੱਲ ਨੂੰ ਹੁਣ ਸਾਰੇ ਆਪਾਂ ਗੱਲਾਂ ਕਰਦੇ ਆਂ ਬਈ ਯਾਰ ਮੂਵੀਆਂ ਚੰਗੀਆਂ ਆਉਣੀਆਂ ਚਾਹੀਦੀਆਂ ਇਤਿਹਾਸ ਵਾਲੀਆਂ ਮੂਵੀਆਂ ਆਉਣੀਆਂ ਚਾਹੀਦੀਆਂ ਇਦਾਂ ਦੀਆਂ ਮੂਵੀਆਂ ਕਿਉਂ ਕੋਈ ਬਣਾਉਂਦਾ ਪਲੀਜ਼ ਲੈ ਕੇ ਆਓ ਐਸ ਜੀਆਂ ਮੂਵੀਆਂ ਤਾਂ ਕਿ ਇਹ ਮੂਵੀ ਦੇਖ ਕੇ ਹੋਰ ਵੀ ਡਾਇਰੈਕਟਰ ਐਕਟਰ ਵੀ ਚੇਂਜ ਕਰਨ ਸਿਸਟਮ ਨੂੰ ਵੀ ਅਸੀਂ ਵਧੀਆ ਮੂਵੀਆਂ ਵੀ ਨਾਲ ਦੀ ਨਾਲ ਨੱਚਣ ਟੱਪਣ ਦੇ ਬਣਾਉਂਦੇ ਰਹੀਏ ਜੀ ਇਹੀ ਇੱਕ ਬੇਨਤੀ ਕਰਦੇ ਆ ਸਾਰਿਆਂ ਨੂੰ ਅਪੀਲ ਕਰਦੇ ਆ ਵੀ 3 ਨਵੰਬਰ ਨੂੰ ਹੌਮ ਹਮਾ ਕੇ ਆਪਦੇ ਨੇੜਲੇ ਥੀਏਟਰਾਂ ਵਿੱਚ ਪਹੁੰਚੋ ਤੇ ਮੂਵੀ ਦੇਖੋ ਤੇ ਉਸ ਤੋਂ ਬਾਅਦ ਬਾਕੀ ਸਭ ਨੂੰ ਵੀ ਦੱਸੋ ਜੀ ਜੀ ਬਿਲਕੁਲ ਜੀ ਔਰ ਖਾਸ ਤੌਰ ਤੇ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਦਾ ਮੇਰਾ ਵੀ ਵਾਅ ਵਾਸਤਾ ਰਹਿੰਦਾ ਹਰ ਇੱਕ ਜਨਰੇਸ਼ਨ ਦਾ ਔਰ ਖਾਸ ਤੌਰ ਜਿਹੜੇ ਕਿਤਾਬਾਂ ਪੜਨ ਤੋਂ ਬਚਦੇ ਆ ਜਾਂ ਤੁਹਾਡੇ ਬੱਚੇ ਕਿਤਾਬਾਂ ਨਹੀਂ ਪੜ੍ਹਦੇ ਤਾਂ ਇਹ ਮੈਨੂੰ ਲੱਗਦਾ ਕਿ ਬਹੁਤ ਵਧੀਆ ਇੱਕ ਮੌਕਾ ਹੈਗਾ ਉਹਨਾਂ ਨੂੰ ਅਤਿ ਹਾਸ ਤੋਂ ਜਾਣੂ ਕਰਾਉਣ ਦਾ ਸੋ ਬਹੁਤ ਬਹੁਤ ਧੰਨਵਾਦ ਜੀ ਤੇ ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਡੀ ਫਿਲਮ ਲਈ ਥੈਂਕ ਯੂ ਵੀਰ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ 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 ਧੰਨਵਾਦ ਤੁਸੀਂ ਸਾਨੂੰ ਇੰਨਾ ਸਮਾਂ ਦਿੱਤਾ ਜੀ ਸ਼ੁਕਰੀਆ ਥੈਂਕ ਯੂ ਜੀ